ਬੜੇ ਭਾਰੀ ਸਤਸੰਗ ਜੀ ਗੁਣਾਂ 'ਚ ਭਰਪੂਰ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਗੁਪਤ ਰੂਪ ਸਮੁੰਦਰ ਰਿਸ਼ੀ ਦਾ ਨਾਮ ਧਰਾ ਕਰਕੇ ਵਿੰਧਿਆਚਲ ਪਰਬਤ 'ਤੇ ਤਪ ਕਰ ਰਹੇ ਸਨ। ਨਾਲ ਹੀ ਬਹੁਤ ਸਾਰੇ ਵਿਦਿਆਰਥੀ ਉਹਨਾਂ ਨੂੰ ਬ੍ਰਹਮ ਵਿੱਦਿਆ ਪੜ੍ਹਾਉਂਦੇ, ਉਹਨਾਂ ਨੂੰ ਭਾਉ ਭਗਤੀ ਦੀ ਯੁਗਤੀ ਦੱਸਦੇ। ਇਸ ਵਸਤਾ ਚਾਹ ਵਿੰਧਿਆਚਲ ਪਰਬਤ 'ਤੇ ਅਟਕੇ ਹੋਏ ਸਨ। ਇੱਧਰ ਸਤਸੰਗ ਜੀ ਰਾਕਸ਼ ਔਰ ਦੇਵਤੇ ਇਹ ਪਰਮੇਸ਼ੁਰ ਦੀ ਸਤਸੰਗ ਜੀ ਕਿਰਪਾ ਨਾਲ ਪ੍ਰਗਟ ਹੋਏ ਤੇ ਬੈਰ ਵਢਾਏ ਲੜਾਏ ਸੁਰਾਸੁਰ ਆਪੇ ਦੇਖਤ ਬੈਠ ਤਮਾਸ਼ਾ। ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਹੇ ਖਾਲਸਾ ਜੀ, ਵਾਹਿਗੁਰੂ ਨੇ ਆਪ ਹੀ ਦੇਵਤਿਆਂ ਅਤੇ ਦੈਂਤਾਂ ਨੂੰ ਆਪਣੀ ਮੌਜ ਨਾਲ ਪੈਦਾ ਕਰਕੇ ਦੋਨਾਂ ਦਾ ਪਰਸ ਪਰਸ ਬੈਰ ਵਧਾ ਕੇ ਲੜਾ ਕੇ ਆਪ ਵੱਖਰਾ ਹੋ ਕੇ ਤਮਾਸ਼ਾ ਦੇਖ ਰਿਹਾ ਹੈ, ਉਹਦੀ ਮੌਜ ਹੈ। ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਨੇ ਗੁਰਬਾਣੀ 'ਚ ਆਪਾਂ ਨੂੰ ਸੇਧ ਦਿੱਤੀ ਹੈ ਕਿ ਦੈਂਤ ਪੈਦਾ ਕੀਤੇ ਸੀ। ਜਬ ਪਹਿਲੇ ਹਮ ਸ੍ਰੇਸ਼ਟ ਉਪਾਈ ਦੈਂਤ ਰਚੇ, ਅਤ ਬਲਵੰਤ ਸਤਸੰਗ ਜੀ ਇਸ ਤਰ੍ਹਾਂ ਦੀਆਂ ਪੰਕਤੀਆਂ ਆਉਂਦੀਆਂ ਨੇ, ਜੋ ਦੁਸ਼ਟ ਦੁਖਦਾਈ, ਬਹੁਤ ਦੁਸ਼ਟ ਹੋਏ ਔਰ ਦੁੱਖ ਦੇਣ ਵਾਲੇ ਹੋਏ, ਤਿਨਕੀ ਠੌਰ ਦੇਵਤਾ ਥਾਪੇ। ਉਸ ਤੋਂ ਬਾਅਦ ਅਸੀਂ ਦੇਵਤਿਆਂ ਨੂੰ ਪ੍ਰਗਟ ਕੀਤਾ ਹੈ। ਸੋ ਰਾਕਸ਼ਾਂ ਦੀ ਵੰਸ਼ ਵਿੱਚ ਵੀ ਬੜੇ ਬੜੇ ਭਗਤ ਹੋਏ ਨੇ, ਤਪੱਸੀ ਹੋਏ ਨੇ, ਔਰ ਦੇਵਤਿਆਂ ਦੀ ਵੰਸ਼ ਵਿੱਚ ਵੀ। ਇਉਂ ਸਤਸੰਗ ਜੀ ਰਾਕਸ਼ਾਂ ਨੇ ਹੰਕਾਰ ਦੇ ਅਧੀਨ ਹੋ ਕਰਕੇ ਦੇਵ ਲੋਕ ਨੂੰ ਜਿੱਤ ਲੈਣਾ, ਦੇਵਤਿਆਂ ਨੂੰ ਵਿਵਤਾ ਪਾ ਦੇਣੀ। ਦੇਵਤਿਆਂ ਨੇ ਸਤਸੰਗ ਜੀ ਚੰਡੀ ਦਾ ਆਵਾਹਨ ਕਰਨਾ, ਚੰਡੀ ਨੇ ਪ੍ਰਗਟ ਹੋ ਕੇ ਸਤਸੰਗ ਜੀ ਰਾਕਸ਼ਾਂ ਦਾ ਮੁਕਾਬਲਾ ਕਰਨਾ, 90 ਪਦਮ ਮਾਰ ਕੇ ਰੱਖ ਦਿੱਤੇ ਸਤਸੰਗ ਜੀ ਚੰਡੀ ਨੇ ਸਾਰੇ ਰਾਕਸ਼। ਪਰ ਜਦੋਂ ਥੱਕ ਗਈ ਉਸ ਵੇਲੇ ਸਤਸੰਗ ਜੀ ਨੱਠ ਨਿਕਲੀ, ਤਪੱਸੀ ਤਾਂ ਹੋਰ ਵੀ ਸੀਗੇ, ਹੋਰ ਦੀ ਕਿਸੇ ਸ਼ਰਨ ਨਾਲ ਚਲੀ ਗਈ, ਸਮੁੰਦਰਿਖੀ ਦੇ ਸ਼ਰਨ ਕਿਉਂ ਗਈ? ਸਮੁੰਦਰਿਖੀ ਅਕਾਲ ਪੁਰਖ ਆਪ ਸੀ। ਵਿੰਧਿਆਚਲ ਪਰਬਤ ਦੇ ਗਈ, ਬੇਲ ਸਬੇਲ ਦੈਂਤ ਮਗਰ ਗਏ ਹਨ, ਪੈੜ ਦੇਖ ਕੇ ਜਾ ਕੇ ਸਮੁੰਦਰਿਖੀ ਨੂੰ ਕਹਿਣਾ ਕਿ ਇੱਥੇ ਬੜੀ ਜਾਹਲ ਇਸਤਰੀ ਆਈ ਹੈ, ਸਾਡੇ ਸੂਰਮਿਆਂ ਦੇ ਘਾਣ ਕਰ ਦਿੱਤੇ। ਉਸ ਵੇਲੇ ਸਤਸੰਗਤ ਜੀ, ਵਾਹਿਗੁਰੂ ਤਾਂ ਨਿਰਭੈ ਸਰੂਪ ਹੈ, ਸਮੁੰਦਰਿਖੀ ਨੇ ਕੀ ਡਰਨਾ ਸੀ? ਇਹ ਰਾਕਸ਼ਸ਼ੋ ਤਮੋ ਗੁਣੀ ਬਿਰਤੀ ਆਲੇ ਹੋ, ਉਹ ਆਦਿ ਸ਼ਕਤੀ ਹੈ। ਜਿਸ ਵੇਲੇ ਉਸਤਤੀ ਕੀਤੀ, ਜਦੇ ਹੀ ਸਮੁੰਦਰਿਖੀ ਨੂੰ ਸਤਸੰਗ ਜੀ ਮਾਰਨ ਵਾਸਤੇ ਜਦੋਂ ਸਾਵਧਾਨ ਹੋਏ, ਉਸ ਵੇਲੇ ਆਪ ਨੇ ਜਿੰਨਾ ਸਮਗਰ ਤਪ ਕੀਤਾ ਹੋਇਆ ਸੀ, ਉਹ ਤਪ ਦੇ ਬਲ ਦੇ ਨਾਲ ਜੋ ਸਤਸੰਗ ਜੀ ਥੱਲੇ ਸ਼ੇਰ ਦੀ ਖੱਲ ਸੀ ਨਾ ਵਿਛਾਈ ਹੋਈ, ਉਹ ਕੱਢ ਕੇ ਛੇਤੀ ਦੇ ਨੇ ਸਤਸੰਗ ਜੀ ਝੜਕਾਈ। ਉੱਥੋਂ ਦੁਸ਼ਟ ਦਮਨ ਜੀ ਦੀ ਉਤਪਤੀ ਹੋਈ, ਜੋ ਦਸਵੇਂ ਪਾਤਸ਼ਾਹ ਦੂਜੇ ਜਾਮੇ 'ਚ ਆਪਣੇ ਸਤਿਗੁਰੂ ਦਸਵੇਂ ਪਾਤਸ਼ਾਹ ਹਨ। ਇੱਥੇ ਤੱਕ ਆਪਾਂ ਸਤਸੰਗ ਜੀ ਕਥਾ ਵਿਚਾਰ ਚੁੱਕੇ ਹਾਂ। ਕਿਉਂ ਸਤਸੰਗ ਜੀ ਪ੍ਰਗਟ ਕੀਤਾ? ਸਮੁੰਦਰਿਖੀ ਸ਼ਸਤਰਧਾਰੀ ਨਹੀਂ ਸਨ, ਬ੍ਰਹਮ ਪਰਾਇਣ ਸਨ, ਬ੍ਰਹਮ ਵਿੱਦਿਆ ਦਾ ਦਾਨ ਦੇ ਰਹੇ ਸੀ, ਸਤੋਮਈ ਬਿਰਤੀ ਸੀ। ਜਿਤਨੇ ਚੇਲੇ ਸੀ ਵਿਦਿਆਰਥੀ, ਉਹ ਵੀ ਸ਼ਸਤਰਧਾਰੀ ਨਹੀਂ ਸਨ। ਆਪ ਨੇ ਵੀਰ ਰਸ ਧਾਰ ਕੇ ਐਸਾ ਸਤਸੰਗ ਜੀ ਖਲ ਨੂੰ ਝੜਕਿਆ, ਵਿੱਚੋਂ ਸਤਸੰਗ ਜੀ ਤਪ ਦੇ ਬਲ ਦੇ ਨਾਲ ਦੁਸ਼ਟ ਦਮਨ ਜੀ ਪ੍ਰਗਟ ਕੀਤੇ। ਜਿਸ ਪ੍ਰਕਾਰ ਸਤਸੰਗ ਜੀ ਪ੍ਰਗਟ ਹੋ ਕੇ ਇਹਨਾਂ ਬੇਲ ਸਵੇਲ ਦੋਨਾਂ ਭਰਾ ਜਿਹੜੇ ਬੜੇ ਮੁਖੀ ਰਾਕਸ਼ ਨੇ ਇਹਨਾਂ ਨਾਲ ਜੰਗ ਕਰ ਰਹੇ ਨੇ, ਨਾਲ ਹੀ ਸਤਸੰਗ ਜੀ ਇਹ ਦੇਵੀ ਨੇ ਮਗਰੋਂ ਪ੍ਰਗਟ ਹੋਣਾ ਕਾਲੀ ਦੇ ਸਮੇਤ, ਜੰਗ ਫਤਿਹ ਕਰਕੇ ਸਤਸੰਗ ਜੀ ਜਿਸ ਪ੍ਰਕਾਰ ਪਰਸਪਰ ਦੇਵੀ ਸ਼ਕਤੀ ਦੇ ਨਾਲ ਦੁਸ਼ਟ ਦਮਨ ਦੇ ਬਚਨ ਮਿਲਾ ਸੋਣਗੇ, ਉਸ ਤੋਂ ਬਾਅਦ ਸਮੁੰਦਰਿਖੀ ਜੋ ਪਿਤਾ ਹੈ ਮਹਾਰਾਜ ਜੀ ਦਾ, ਦੁਸ਼ਟ ਦਮਨ ਜੀ ਦਾ, ਉਹਨਾਂ ਨਾਲ ਵੀ ਪਰਸਪਰ ਬਚਨ ਹੋ ਕੇ ਫਿਰ ਆਪ ਨੇ ਤਪੱਸਿਆ ਆਰੰਭ ਕਰਨੀ ਹੈ। 36,000 ਸਾਲ ਪਹਿਲਾਂ ਰਾਜ ਵੀ ਕਰਨਾ ਹੈ। ਸਤਯੁਗ ਦੇ ਅੰਦਰ ਲੱਖ ਲੱਖ ਸਾਲ ਦੀ ਆਜੂ ਹੋਇਆ ਕਰਦੀ ਸੀ। ਜਿਸ ਪ੍ਰਕਾਰ ਦੁਸ਼ਟ ਦਮਨ ਜੀ ਸਤਸੰਗ ਪ੍ਰਗਟ ਹੋਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹਿਲੇ ਜਾਮੇ ਵਿੱਚ ਉਹ ਕਥਾ ਗੁਰਸਿੱਖੋ ਆਪਾਂ ਵਿਚਾਰ ਰਹੇ ਹਾਂ। ਮਹਾਰਾਜ ਨੇ ਬੜਾ ਭਾਰੀ ਤਰਸ ਕੀਤਾ ਹੈ, ਪੂਰਬਲੇ ਕੋਈ ਸਤਸੰਗ ਜੀ ਕਿਣਕਾ ਪੁੰਨ ਹਨ, ਗੁਰਸਿੱਖਾਂ ਦੇ ਘਰਾਂ 'ਚ ਆਪਾਂ ਨੂੰ ਜਨਮ ਮਿਲਿਆ ਹੈ,
ਸ਼ਰਧਾ ਭਾਵਨਾ ਗੁਰੂ ਨਾਨਕ ਦੇਵ ਜੀ ਨੇ ਹਿਰਦੇ 'ਚ ਟਿਕਾਈ ਹੈ, ਜਿਸ ਕਰਕੇ ਗੁਰੂ ਕੇ ਦਰਬਾਰ 'ਚ ਆ ਕੇ ਆਪਣਾ ਇਹ ਅੰਮ੍ਰਿਤਮਈ ਕਥਾ ਨੂੰ ਕੰਨਾਂ ਰੂਪੂ ਦੁਨੀਆਂ ਨਾਲ ਸਤਸੰਗ ਜੀ ਅੰਮ੍ਰਿਤ ਰਸ ਨੂੰ ਪੀ ਰਹੇ ਹਾਂ। ਸੋ ਆਪ ਬਿਰਤੀਆਂ ਨੂੰ ਇਕਾਗਰ ਕਰੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ ਜਿਨ੍ਹਾਂ ਨੇ ਏਡੀ ਵੱਡੀ ਘਾਲਣਾ ਘਾਲ ਲਈ, ਜੇ ਆਪਣੇ ਰਸਨਾ ਤੋਂ ਨਾਂ ਲਿਖਦੇ ਅੱਜ ਆਪਾਂ ਨੂੰ ਕੀ ਪਤਾ ਲੱਗਦਾ। ਸੋ ਸਤਸੰਗਤ ਜੀ ਆਓ ਆਪਾਂ ਕਥਾ ਪੜ੍ਹੀਏ ਸੁਣੀਏ। ਦਰਨ ਰੀਸ਼ਤ ਪੰਜ ਤੇਜ ਕੋ, ਜਿਸ ਵੇਲੇ ਸਤਸੰਗ ਜੀ ਝਾੜਿਆ ਸ਼ੇਰ ਦੀ ਖਲ ਨੂੰ, ਵੀਰ ਰਸ ਧਾਰ ਕੇ ਸਮੁੰਦਰ ਰਿਖੀ ਨੇ, ਕੌਣ ਪ੍ਰਗਟ ਹੋਇਆ? ਦੁਸ਼ਟ ਦਮਨ ਪ੍ਰਗਟ ਹੋਏ, ਜਿਨ੍ਹਾਂ ਦੀ ਦੁਰਨ ਰੀਸ਼ ਜਿਹੜੀਆਂ ਅਕਸ਼ਾਂ ਅੱਖਾਂ ਸੀ ਬੜੀਆਂ ਸਤਸੰਗ ਜੀ ਵੀਰ ਰਸੀ ਸਨ। ਪੜੋ ਇਹੀ ਪੰਕਤੀ, ਦਰਨ ਰੀਸ਼ਤ ਪੁੰਜ ਤੇਜ ਕੋ, ਬੜਾ ਭਾਰੀ ਸਤਸੰਗ ਜੀ ਤੇਜ ਪ੍ਰਤਾਪ ਸੀ, ਨੇਤਰ ਐਸੇ ਸੀ ਕੋਈ ਝਾਕ ਨਹੀਂ ਸੀ ਸਕਿਆ ਮੂਹਰੇ। ਨਿਕਸਿਓ ਤਿਸਤੇ ਪੁਰਖ ਉਦਾਰ, ਉਸ ਸ਼ੇਰ ਦੀ ਖਲ ਵਿੱਚੋਂ ਇਹੋ ਜਿਹਾ ਸ੍ਰੇਸ਼ਟ ਦੁਸ਼ਟ ਦਮਨ ਪੁਰਖ ਪੂਰਨ ਪ੍ਰਗਟ ਹੋਇਆ। ਆਯੁਤ ਔਰ ਧੀਰਕ ਜੁਗ ਬਾਹੁ, ਲੰਮੀਆਂ ਬਾਹਾਂ ਹਨ, ਛਾਤੀ ਬੜੀ ਚੌੜੀ ਹੈ, ਕੰਧ ਤੰਗ ਮਹਾਂਬਰਿਆਰ, ਮੋਢੇ ਵੀ ਢਲਵੇਂ ਜੇ ਨਹੀਂ ਹਨ, ਬੜੇ ਸਤਸੰਗ ਵੀਰ ਦੀ ਵੀਰ ਰਸੀ ਜੋਧੇ ਨੇ, ਉੱਚੇ ਉੱਚੇ ਦੋਨੋਂ ਮੋਢੇ ਹਨ, ਲਾਲ ਬਲੋਚਨ ਪਰੇ ਸ਼ੋਭ ਸੋ, ਸ਼ੋਭ ਦੇ ਨਾਲ ਸਤਸੰਗਤ ਜੀ ਵੀਰ ਰਸ ਦੇ ਨਾਲ ਨੇਤਰ ਲਾਲ ਖਨ, ਤਨੁਖ ਬਾਣ ਕਰ ਤਰਕਸ਼ ਦੋਏ, ਦੋਨੋਂ ਸਤਸੰਗਤ ਜੀ ਨਾਲੇ ਤੀਰ, ਤੀਰਾਂ ਦਾ ਪੱਥਾ ਜਿਹੜਾ, ਨਾਲੇ ਧਨਖ, ਇਹ ਦੋਨੋਂ ਹੱਥ ਚ ਪਕੜੇ ਹੋਏ ਨੇ, ਆਟਕ ਮੁਸ਼ਟ ਖੜਗ ਖਰ ਨਿਰਮਲ, ਸੋਨੇ ਦੇ ਮੁੱਠੇ ਵਾਲੀ ਬੜੇ ਸਤਸੰਗ ਜੀ, ਨਿਰਮਲ ਉੱਜਲ ਧਾਰਾ ਵਾਲੀ ਤਲਵਾਰ ਗਾਤਰੇ ਹੈ, ਆਗੇ ਦੈਤਨ ਰਹੋ ਖਰੋਏ, ਦੋਨਾਂ ਦੈਤਾਂ ਦੇ ਸਾਹਮਣੇ ਖੜਗੇ ਦੁਸ਼ਟ ਦਮਨ ਪ੍ਰਗਟ ਹੋ ਕੇ ਇੱਕ ਸ਼ਿਨ ਦੇ ਅੰਦਰ ਖਰਸਾ ਜੀ, ਇਹ ਕਲਾ ਵਰਤਾਈ ਸਮੁੰਦਰ ਰਿਖੀ ਨੇ। ਅੱਜ ਸਤਸੰਗਤ ਜੀ ਮਾੜਾ ਧੀੜਾ ਰਿਖੀ ਇਹ ਕਰ ਸਕਦਾ ਸੀ? ਆਪ ਅਕਾਲ ਪੁਰਖ ਅੰਤਰ ਜਾਮੀ ਸਮੁੰਦਰ ਰਿਖੀ ਰੂਪ ਹੋ ਕਰਕੇ ਜਿਤਨੇ ਹੋਰ ਸ਼ਿਸ਼ ਨੇ, ਜਿਨ੍ਹਾਂ ਦੀ ਇੱਛਾ ਹੈ ਜਨਮਾਂ ਜਨਮਾਂ ਦੀ ਕਿ ਪਰਮੇਸ਼ੁਰ ਸਾਨੂੰ ਭਗਤੀ ਚ ਲਾ, ਉਹਨਾਂ ਨੂੰ ਆਪ ਸਤਸੰਗਤ ਜੀ ਰਿਖੀ ਰੂਪ ਹੋ ਕਰਕੇ ਉਪਦੇਸ਼ ਦੇ ਰਿਹਾ ਹੈ। ਇਹੋ ਜਿਹਾ ਸਤਸੰਗਤ ਜੀ ਦੁਸ਼ਟ ਦਮਨ ਤੇਜਸੀ ਪ੍ਰਗਟ ਕੀਤਾ ਆਪਨੇ, ਲਗੇ ਪ੍ਰਹਾਰ ਕਰਨ ਗਨ ਆਯੁਧ, ਜਿਸ ਵੇਲੇ ਮੁਕਾਬਲੇ ਤੇ ਦੁਸ਼ਟ ਦਮਨ ਜੀ ਖੜੇ ਹੋ ਗਏ, ਇਹਨਾਂ ਨੇ ਦੇਰ ਨਹੀਂ ਲਾਈ, ਜਦ ਹੀ ਬੇਲ ਸਬੇਲ ਦੈਂਤ ਲਾਗੇ ਬਾਰ ਕਰਨ, ਬਖਤਰ ਪੋਸ਼ ਬਲੋ ਕਿਉਂ ਸੋਏ, ਕੀ ਦੇਖਿਆ ਸਤਸੰਗਤ ਜੀ ਆਪ ਦੇ ਉੱਤੇ ਸੰਜੋ ਪਹਿਨੀ ਹੋਈ ਹੈ ਸਰੀਰ ਦੇ, ਇੱਥੇ ਤਜੇ ਪੁਰਖ ਸਰ ਤੀਖਣ, ਇੱਧਰ ਪੂਰਨ ਪੁਰਖ ਸਤਸੰਗਤ ਜੀ ਬਹਿ ਪਰਖਿਓ ਜਾਂ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੇਲਾ, ਐਵੇਂ ਨਹੀਂ ਭਾਈ ਗੁਰਦਾਸ ਨੇ ਲਿਖਿਆ, ਸਤਸੰਗਤ ਜੀ ਇਕੱਲੇ ਹੀ ਇਕੱਲੇ ਮਰਦ ਅਗੰਮੜੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕੋਈ ਇੱਕ ਜਾਮੇ ਚ ਨਹੀਂ, ਪਹਿਲਾਂ ਵੀ ਸਤਸੰਗ ਜੀ ਐਸੇ ਹੀ ਸਰੂਪ ਹੈ ਆਪ ਦਾ। ਸਮੁੰਦਰ ਰਿਖੀ ਜੀ ਗੁਰੂ ਤੇਗ ਬਹਾਦਰ ਜੀ ਨੇ ਪਹਿਲੇ ਜਾਮੇ ਚ ਪ੍ਰਗਟ ਕੀਤੇ, ਪੜੋ ਇਹੀ ਪੰਗਤੀ, ਇੱਥੇ ਤਜੇ ਪੁਰਖ ਸਰ ਤੀਖਣ, ਇਧਰੋਂ ਪੂਰਨ ਪੁਰਖ ਸਤਸੰਗ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਸ਼ਟ ਦਮਨ ਨਾਉਂ ਰਖਾ ਕਰਕੇ ਪਹਿਲੇ ਜਾਮੇ ਚ ਤੀਰ ਛੱਡ ਰਹੇ ਹਨ ਧਨਖ ਚੋਂ, ਗਨ ਸਤਰਨ ਕੋ ਤਨੂ ਪਰੋਏ, ਬੈਰੀਆਂ ਦੇ ਸਰੀਨਾਂ ਨੂੰ ਗਨ ਦੇ ਜਾਂਦੇ ਹਨ, ਤੁਮਲ ਮੱਚਿਓ ਸੰਗਰਾਮ ਅਨਕ ਵਿਧ, ਅਨੇਕਾਂ ਤਰ੍ਹਾਂ ਦੇ ਨਾਲ ਬੜਾ ਭਿਆਨਕ ਜੰਗ ਮੱਚਿਆ, ਤੀਰਨ ਲੀਨ ਦਿਸੋ ਦਿਸ਼ ਛਾਏ, ਇੰਨੇ ਤੇਜ਼ੀ ਨਾਲ ਦੁਸ਼ਟ ਦਮਨ ਜੀ ਨੇ ਤੀਰ ਛੱਡੇ, ਦਸੋ ਦਿਸਾ ਭਰ ਕੇ ਰੱਖ ਦਿੱਤੀਆਂ, ਗਜਾ ਰੋ ਪੱਟ ਰਤੀ ਕ੍ਰੋਧ ਕਰ, ਜਿੰਨੇ ਸਤ ਸੰਗਤ ਜੀ ਰਾਕਸ਼ਸੀ ਨਾ ਕੋ ਹਾਥੀਆਂ ਤੇ ਸਵਾਰ ਸਨ, ਕੋਈ ਰਥਾਂ ਤੇ ਸਨ, ਕੋਈ ਘੋੜਿਆਂ ਤੇ ਸਮਾਨ, ਉਹਨਾਂ ਨੇ ਕ੍ਰੋਧ ਕੀਤਾ, ਹਯਾ ਰੋ ਆਏ ਗਨ ਤਾਏ, ਘੋੜਿਆਂ ਤੇ ਸਵਾਰ ਹੋ ਕੇ ਧਾਵਾ ਬੋਲ ਕੇ ਇਰਦ ਗਿਰਦ ਇਕੱਠੇ ਹੋ ਕੇ ਆਏ, ਅਨੇਕ ਭਾਂਤ ਕੇ ਸ਼ਸਤਰ ਉਠਾਏ, ਉਹਨਾਂ ਪਾਸ ਰਾਕਸ਼ਾਂ ਦੇ ਅਨੇਕਾਂ ਤਰ੍ਹਾਂ ਦੇ ਸ਼ਸਤਰ ਚੱਕੇ ਹੋਏ ਸਨ, ਮੁਗਦਰ ਮੂਸਲ ਬਲ ਸਮਦਾਏ, ਵੱਡੇ ਵੱਡੇ ਮੂੰਗਲੇ ਮੁਦਗਰ ਹਨ ਬਲ ਸੀ ਉਹਨਾਂ ਦੇ ਵਿੱਚ ਨਾਲੇ, ਤੋਮਰ ਖੜਗ ਤਰਸੂਲ ਹੂਲ ਖਰ, ਇਸੇ ਤਰ੍ਹਾਂ ਸੱਸ ਨੀ ਤੋਮਰ ਬਰਛੇ ਤਰਸੂਲਾਂ ਦੰਦਾਂ ਵਾਲੇ ਸਤਸੰਗ ਜੀ ਭੱਲੇ ਖਰ ਤਿੱਖੇ ਤਿੱਖੇ ਸਨ ਜਿਹੜੇ, ਪਾਲੇ ਤੋਪੇ ਗੁਰਜ ਉਠਾਏ, ਧੋਪ ਸਤਸੰਗ ਤਿਲ ਸਿੱਧੀ ਤਿਲ ਤਿੱਖੀ ਤਲਵਾਰ ਨੂੰ ਕਹਿੰਦੇ ਹਨ, ਇਸ ਤਰ੍ਹਾਂ ਗੁਰਜਾਂ ਚੱਕੀਆਂ ਹੋਈਆਂ ਮੋਢਿਆਂ ਦੇ ਉੱਤੇ, ਸ਼ਾਰ ਸਖਤ ਬੜ ਕਠਿਨ ਕਦੰਡੇ, ਸ਼ਾਰ ਸਖਤ ਬੜ ਸ਼ਾਰ ਸਖਤ ਸਾਰ ਸਾਰ ਸਖਤ ਬੜ ਕਠਿਨ ਕਦੰਡੇ, ਬੜੇ ਭਾਰੀ ਸਤਸੰਗ ਜੀ ਕੈੜੇ ਧਨਖ ਨੇ ਜਿਹੜੇ ਖਿੱਚਣੇ ਬਲ ਤੋਂ ਬਿਨਾਂ ਖਿੱਚੇ ਨਹੀਂ ਜਾਂਦੇ, ਔਰ ਸਾਰ ਲੋਹੇ ਦੀਆਂ ਨਿਰੀਆਂ ਹੀ ਬਰਛੀਆਂ ਹਨ,
ਜਿਨ੍ਹਾਂ ਦੇ ਹੱਥੇ ਵੀ ਲੋਹੇ ਦੇ ਹਨ। ਖਪਰੇ ਬਾਣ ਜਮ ਧਰਾ ਧਾਰ, ਕਟਾਰਾਂ ਲੱਕਾਂ ਦੇ ਨਾਲ ਬੰਨੀਆਂ ਹੋਈਆਂ ਜਿਹੜੀਆਂ ਪੇਟ ਚ ਮਾਰਨ ਵਾਸਤੇ ਤੀਰ। ਸਤਸੰਗ ਜੀ ਮੂੰਹ ਐਸੇ ਨੇ ਜਿਹੇ ਜੇ ਬੁੱਕਾਂ ਵਰਗੇ ਚੌੜੇ ਫਲ ਹਨ ਤੀਰਾਂ ਦੇ। ਧਾਰ ਜਿਨੋ ਕਤੀਖਣ ਭੀਖਣ, ਬੜੀਆਂ ਭਿਆਨਕ ਤਿੱਖੀਆਂ ਧਾਰਾਂ ਲਾਈਆਂ ਹੋਈਆਂ। ਚਮਕਤ ਲੋਹ ਡਸਨ ਸਮ ਮਾਰ, ਐ ਸਤਸੰਗ ਜੀ ਲੋਹਾ ਚਮਕਦਾ ਤੀਰਾਂ ਦਾ, ਮਾਨੋ ਉੱਡਣੇ ਸੱਪ ਹਨ। ਮਾਰ ਮਾਰ ਕੈ ਆਨ ਪਰੇ, ਮਾਰ ਲੋ ਕਰਕੇ ਸਾਰੇ ਰਾਕਸ਼ ਬੇਲ ਸਵੇਲ ਮੁਖੀ ਹਨ ਇਹਨਾਂ ਚੋਂ। ਦੁਸ਼ਟ ਦਮਨ ਦੇ ਇਰਦ ਗਿਰਦ ਹੋ ਗਏ ਮਾਰਨ ਲਈ। ਅਯੁੱਧ ਯੁੱਧ ਮਝਾਰ ਪ੍ਰਹਾਰ, ਸ਼ਸਤਰ ਬਹੁਤ ਚਲਾਉਂਦੇ ਨੇ ਜੰਗ ਦੇ ਵਿੱਚ ਇਹ। ਹਾਰ ਨਾ ਹੋਤ ਸਰੋ ਤੇ ਕਬੂ, ਜਿਹੜੇ ਕਦੇ ਵੀ ਦੇਵਤਿਆਂ ਤੋਂ ਹਾਰੇ ਨਹੀਂ ਸਨ। ਸੇ ਜੋਧਾ ਅਰ ਪਰੇ ਅਸਾਰ, ਇਹੋ ਜਿਹੇ ਸਤਸੰਗ ਜੀ ਬੇਸੰਭਾਲ ਬੇਅੰਤ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ, ਇਹੋ ਜਿਹੇ ਯੋਧੇ ਰਾਕਸ਼ ਮਹਾਰਾਜ ਕੱਲਿਆਂ ਨਾਲ ਅੜ ਪਏ। ਸਲਵ ਦਲਨ ਸੈਂਚਲੇ ਤੀਰ ਗਨ, ਐ ਤੀਰ ਚੱਲਦੇ ਨੇ ਖਾਲਸਾ ਜੀ ਜਿਵੇਂ ਟਿੱਡੀ ਦਲ ਚੜਦਾ ਹੈ। ਕਿਤੇ ਬਜ਼ੁਰਗਾਂ ਨੇ ਤਾਂ ਦੇਖਿਆ, ਸਿਆਣਿਆਂ ਨੇ ਜਦੋਂ ਆਉਂਦੀ ਹੈ ਨਾ ਆਹਣ ਜਿਹਨੂੰ ਟਿੱਡੀ ਦਲ ਕਹਿੰਦੇ ਹੈ, ਆਕਾਸ਼ ਵਿੱਚ ਧੁੱਪ ਵੀ ਮੱਧਮ ਹੋ ਜਾਂਦੀ ਹੈ, ਇੰਨੇ ਉਹ ਸੰਘਣੇ ਉੱਡਦੇ ਨੇ ਆਕਾਸ਼ ਵਿੱਚ। ਦੁਸ਼ਟ ਦਮਨ ਜੀ ਨੇ ਇੰਨੇ ਤੇਜ਼ੀ ਦੇ ਨਾਲ ਤੀਰ ਛੱਡੇ, ਆਕਾਸ਼ ਭਰ ਕੇ ਰੱਖ ਦਿੱਤਾ। ਦੋਏ ਦੇਸ਼ ਤੇ ਛਾ ਦਿਓ ਅਸਮਾਨ, ਚਾਰ ਛਪੇ ਨੂੰ ਸਤਸੰਗ ਜੀ ਅਸਮਾਨ ਢਕਿਆ ਗਿਆ। ਉਤ ਅਨੇਕ ਇਤ ਏਕ ਰਹਿਓ ਰੂਪ, ਇਧਰ ਕੱਲੇ ਸਤਸੰਗ ਜੀ ਖੜੇ ਹਨ ਨਿਰਭੈ ਹੋ ਕਰਕੇ ਦੁਸ਼ਟ ਦਮਨ ਜੀ, ਉਧਰ ਅਨੇਕਾਂ ਰਾਕਸ਼ ਹਨ। ਰਾਕਸ਼ ਹਤੇ ਬੇਦ ਕਰਵਾਨ, ਬਿਨ ਬਿਨ ਕੇ ਤੀਰਾਂ ਦੇ ਨਾਲ ਮਾਰ ਕੇ ਰੱਖ ਦਿੱਤੇ ਰਾਕਸ਼। ਰਸ਼ ਹੋਏ ਸੋ ਰਸ਼ ਨਾ ਹੋਵੇ, ਸਤਸੰਗਤ ਜੀ ਜਿਸ ਵੇਲੇ ਨਿਸ਼ਾਨਾ ਬਿਨ ਲੈਂਦੇ ਨੇ ਮਹਾਰਾਜ ਸਾਹਿਬ ਜੀ, ਆਪਣੇ ਸਰੀਰ ਦੀ ਰੱਖਿਆ ਨਹੀਂ ਕਰ ਸਕਦੇ, ਰਾਕਸ਼ ਮਾਰੇ ਜਾਂਦੇ ਨੇ। ਉਹਦੇ ਸਮੁਖ ਪਰੇ ਤਜ ਪ੍ਰਾਣ, ਪ੍ਰਾਣ ਤਿਆਗ ਕਰਕੇ ਮੂੰਹਦੇ ਮੂੰਹ ਡਿੱਗਦੇ ਹਨ। ਅਯੁੱਧ ਆਵਤ ਪੰਥ ਵਧਾਰੇ, ਅਯੁੱਧ ਆਵਤ ਪੰਥ ਵਧਾਰੇ, ਜਿਹੜੇ ਸਤਸੰਗ ਜੀ ਰਾਕਸ਼ਾਂ ਵੱਲੋਂ ਸ਼ਸਤਰ ਆਉਂਦੇ ਨੇ ਤੀਰ ਆਦਿਕ, ਮਹਾਰਾਜ ਉਹਨਾਂ ਰਾਹ ਚ ਕੱਟ ਦਿੰਦੇ ਨੇ। ਖੰਡ ਖੰਡ ਧਰ ਗਿਰੇ ਮਹਾਨ, ਟੁਕੜੇ ਟੁਕੜੇ ਕਰਕੇ ਧਰਤੀ ਤੇ ਸਿੱਟ ਦਿੰਦੇ ਨੇ ਉਹਨਾਂ ਦੇ ਸ਼ਸਤਰ ਬਾਹਿਆ ਹੋਇਆ ਨੂੰ। ਅਨੁਜ ਸਬੇਲ ਬੇਲ ਕੋ ਰਿਸ ਤਰ, ਇਧਰ ਸਤਸੰਗ ਜੀ ਬੇਲ ਦੈਂਤ ਦਾ ਛੋਟਾ ਭਾਈ ਸਬੇਲ ਹੈ, ਇਹਨੇ ਗੁੱਸਾ ਧਾਰ ਕੇ ਫਿਰਿਓ ਆਏ ਮਾਰੇ ਖਰ ਤੀਰ, ਬੜੇ ਤਿੱਖੇ ਤਿੱਖੇ ਤੀਰ ਦੁਸ਼ਟ ਦਮਨ ਜੀ ਨੂੰ ਮਾਰੇ ਆ ਕੇ ਭਿੜਿਆ ਸਵੇਲ ਦੈਂਤ। ਤਪ ਤਪ ਸੀ ਸੁਧ ਵੀ ਦਿਨ ਹੋਵਾ, ਉਸ ਵੇਲੇ ਸਤਸੰਗ ਜੀ ਸਮੁੰਦਰ ਰਿਖੀ ਦੇ ਸਪੁੱਤਰ ਦੁਸ਼ਟ ਦਮਨ ਜੀ ਬਿੰਨੇ ਗਏ ਸਰੀਰ ਜਿੰਨਾ ਸੀ ਇਹਨਾਂ ਦਾ। ਨਿਕਸ ਸਰੋਨ ਭਾ ਅਰਨ ਸਰੀਰ, ਖਾਲਸਾ ਜੀ ਆਖੋ ਵਾਹਿਗੁਰੂ, ਦੁਸ਼ਟ ਦਮਨ ਦੇ ਸਰੀਰ ਦੇ ਚ ਇੰਨੇ ਤੀਰ ਮਾਰੇ ਸਵੇਲ ਦੈਂਤ ਨੇ, ਥਾਂ ਥਾਂ ਤੋਂ ਬਿੰਨਿਆ ਗਿਆ, ਖੂਨ ਨਿਕਲਣ ਲੱਗੇ, ਲਾਲ ਹੋ ਗਿਆ ਸਰੀਰ। ਅੰਗ ਬਲੋਕ ਆਪਣੇ ਹੱਸ ਕਰ, ਆਪਣੇ ਅੰਗ ਦੇਖ ਕੇ ਹੱਸ ਰਹੇ ਨੇ ਦੁਸ਼ਟ ਦਮਨ ਜੀ। ਕੈਸੀ ਵਸਤਾ ਖਾਲਸਾ ਜੀ, ਇਹੀ ਜੀ ਵਸਤਾ, ਮਾੜਾ ਜਿਹਾ ਕੰਡਾ ਲੱਗ ਜੇ ਮੂੰਹ ਪੀਲਾ ਪੈ ਜਾਂਦਾ। ਸੂਰਮਿਆਂ ਦੀ ਗਤੀ ਸਤਸੰਗ ਜੀ ਐਵੇਂ ਨਹੀਂ ਹੈ ਉੱਚੀ ਮੰਨੀ, ਭਗਤਾਂ ਦੇ ਤੁਲ ਕੀ ਭਗਤਾਂ ਤੋਂ ਵੀ ਉੱਚੀ ਮੰਨੀ ਹੈ ਸੂਰਮਿਆਂ ਦੀ ਗਤੀ। ਸੂਰਾ ਸੋ ਪਹਿਚਾਨੀਓ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟਮਰੇ ਕਮੂ ਨਾ ਛੱਡੇ ਖੇਤ। ਅੱਜ ਦੁਸ਼ਟ ਦਮਨ ਜੀ ਦੇ ਅੰਗ ਅੱਗ ਸਤਸੰਗ ਜੀ ਬਿੰਨ ਕੇ ਰੱਖ ਦਿੱਤੇ ਸਵੇਲ ਦੈਂਤ ਨੇ ਤੀਰਾਂ ਦੇ ਨਾਲ, ਪਰ ਲਹੂ ਨਿਕਲ ਰਿਹਾ, ਹੱਸ ਰਹੇ ਹਨ। ਧਨ ਸਰ ਧਰ ਕੇ ਧੀਰ ਗੰਭੀਰ, ਬੜੀ ਗੰਭੀਰਤਾ ਦੇ ਨਾਲ ਧੀਰਜ ਧਾਰੀ ਹੋਈ ਹੈ, ਘਬਰਾਏ ਨਹੀਂ, ਆਪਣੇ ਧਨਖ ਦੇ ਚ ਤੀਰ ਬਿੰਨ ਬਿੰਨ ਕੇ। ਸਤਰੂ ਚਾਪ ਕੋ ਇੱਕ ਤੇ ਕਾਟਿਓ, ਸਤਸੰਗਤ ਜੀ ਇੱਕ ਤੀਰ ਮਾਰ ਕੇ ਤਾਂ ਇਹ ਬੈਰੀ ਨੂੰ ਕੱਟ ਦਿੱਤਾ। ਚਾਰਨ ਤੇ ਤਰੰਗ ਬਰਬੀਰ, ਸਬੇਲ ਦੈਂਤ ਦਾ ਸਤਸੰਗ ਜੀ ਇੱਕ ਤੀਰ ਮਾਰ ਕੇ ਦੁਸ਼ਟ ਦਮਨ ਜੀ ਨੇ, ਜਿਹਦੇ ਅੰਗ ਅੰਗ ਆਪਦਾ ਵੀ ਬੰਨਿਆ ਗਿਆ ਨਾ, ਇੱਕ ਧਨਖ ਤੋਂ ਤੀਰ ਛੱਡਿਆ ਤਾਂ ਸਤਸੰਗ ਜੀ ਇਹਦਾ ਧਨਖ ਕੱਟ ਦਿੱਤਾ, ਨਹੱਥਾ ਕਰ ਦਿੱਤਾ ਸਬੇਲ ਨੂੰ। ਚਾਰ ਤੀਰ ਮਾਰ ਕੇ ਉਹਦੇ ਰਥ ਦੇ ਘੋੜੇ ਮਾਰ ਦਿੱਤੇ। ਗਰਵੀ ਗੁਰਜ ਗਹੀ ਤਬ ਰਾਕਸ਼, ਰਾਕਸ਼ ਨੇ ਬੜੀ ਭਾਰੀ ਸਤਸੰਗ ਜੀ ਨਿੱਗਰ ਗੁਰਜ ਫੜੀ ਹੱਥ ਵਿੱਚ ਸਵੇਲ ਨੇ। ਦੁੱਤੀ ਹੱਥ ਮੈਂ ਸਿਬਰ ਸੰਭਾਰ, ਦੂਜੇ ਹੱਥ ਵਿੱਚ ਢਾਲ ਸੀ ਸਵੇਲ ਦੇ ਦੈਂਤ ਦੇ। ਜਾਏ ਪ੍ਰਹਾਰੀ ਤਪਸੀ ਸੁੱਤ ਕੇ, ਉਸ ਵੇਲੇ ਤਪਸੀ ਸਮੁੰਦਰ ਰਿਸ਼ੀ ਦੇ ਪੁੱਤਰ ਦੁਸ਼ਟ ਦਮਨ ਜੀ ਦੇ ਸਤਸੰਗ ਜੀ ਇਸ ਨੇ ਸਾਹਮਣੇ ਹੋ ਕੇ ਸਵੇਲ ਦੈਂਤ ਨੇ, ਕਿਉਂ ਘੋੜੇ ਮਾਰੇ ਗਏ, ਰਸ ਤੋਂ ਉਤਰਨਾ ਪਿਆ,
ਧਨ ਕੱਟਿਆ ਗਿਆ ਤੀਰ ਚਲਾ ਨਹੀਂ ਸਕਦਾ। ਗੁਰਜ ਹੱਥ ਵਿੱਚ ਹੈ ਸੱਜੇ 'ਚ, ਖੱਬੇ ਹੱਥ 'ਚ ਢਾਲਾ ਹੈ। ਨੇੜੇ ਹੋ ਕੇ ਸਤ ਸੰਗਤ ਜੀ ਗੁਰਜ ਮਾਰਨ ਲੱਗਾ। ਸਤਰੂ ਕੇ ਸਹਿ ਦੁਸੇ ਪਰਹਾਰ, ਨਾ ਸਹਾਰਿਆ ਜਾਣਾ ਸਤ ਸੰਗਤ ਜੀ, ਜਿਹੜਾ ਬਾਰ ਸੀ ਉਹ ਸਹਾਰਿਆ ਦੁਸ਼ਟ ਦਮਨ ਜੀ ਨੇ ਇਹਦਾ। ਖੈਂਚ ਖੜਕ ਖਰ ਝਾਰਿਓ ਬਲ ਤੇ, ਧੰਨ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸੇ ਵੇਲੇ ਖਾਲਸਾ ਜੀ ਗਾਤਰੇ ਚੋ ਤਲਵਾਰ ਖਿੱਚ ਕੇ ਮਿਆਨ ਚੋ ਝਾੜ ਦਿੱਤੀ ਇਹਦੇ ਸਿਰ ਦੇ ਉੱਤੇ ਸਵੇਲ ਦੇ। ਕੁੰਡਲ ਜਤ ਸਿਰ ਦੀਨ ਉਤਾਰ, ਜਿਵੇਂ ਘੁਮਾਰ ਚੱਕ ਤੋਂ ਭਾਂਡਾ ਲਾ ਲੈਂਦਾ ਬਣਾ ਕੇ ਨਾ, ਐ ਸਿਰ ਲਾ ਕੇ ਰੱਖ ਦਿੱਤਾ। ਸੁਰ ਸਿਆਮ ਤਨ ਗਿਰੋ ਪ੍ਰਤੀ ਤਲ, ਕਾਲਾ ਕਾਲਾ ਸਰੀਰ ਬੜਾ ਭਾਰੀ ਉੱਚਾ ਰਾਕਸ਼ ਦਾ ਸਵੇਲ ਦਾ, ਧਰਤੀ ਦੇ ਤਲੇ ਤੇ ਦਾੜ ਦੇਣੇ ਡਿੱਗਿਆ ਜਿਵੇਂ ਬਿਰਛ ਡਿੱਗਦਾ। ਵਜਰ ਪਾਤ ਜਿਮ ਸਰਿੰਗ ਪਹਾੜ, ਜਿਵੇਂ ਪਹਾੜ ਦੀ ਚੋਟੀ ਦੇ ਉੱਤੇ ਬਿਜਲੀ ਪੈ ਜਾਵੇ ਨਾ ਗਾੜ ਗਾੜ ਕਰਕੇ, ਉਹ ਸਤਸੰਗ ਜੀ ਫਿਸ ਜਾਂਦੀ ਆ ਪਹਾੜ ਦੀ ਸੋਟੀ, ਪੱਥਰ ਖਿੰਡੇ ਫਿਰਦੇ ਨੇ, ਐ ਇਹਦਾ ਸਰੀਰ ਡਿੱਗ ਪਿਆ ਰਾਕਸ਼ ਦਾ। ਅਤੇ ਉਸ ਵੇਲ ਬਲੋਕ ਬੇਲਕ ਨੇ, ਜਿਸ ਵੇਲੇ ਬੇਲ ਦੈਂਤ ਨੇ ਦੇਖਿਆ ਮੇਰਾ ਛੋਟਾ ਭਾਈ ਦੁਸ਼ਟ ਦਮਨ ਨੇ ਮਾਰ ਦਿੱਤਾ ਹੈ, ਬੋਲਿਓ ਬਲੀ ਵੀਰ ਬਡ ਬਾਹੋ, ਬੜੇ ਸਤਸੰਗ ਜੀ ਬਾਹਾਂ ਚ ਬਲ ਹੈ ਜਿਨ੍ਹਾਂ ਦੇ, ਬੋਲਿਆ ਹੰਕਾਰ ਨਾਲ, ਕਰੋ ਹੋ ਤਬ ਜਾਨ ਨ ਦੇਹੋ, ਕਹਿੰਦੇ ਉਸ ਤਪੱਸੀ ਦੇ ਪੁੱਤਰ ਤੈਨੂੰ ਮੈਂ ਜਾਣ ਨੀ ਦਿੰਦਾ, ਖੜਾ ਹੋ ਮੇਰੇ ਭਰਾ ਨੂੰ ਮਾਰਿਆ ਤੈਂ, ਇਉਂ ਕਹਿ ਕੇ ਬੇਲ ਦੈਂਤ ਨੇ ਫੌਜ ਰਾਕਸ਼ਾਂ ਦੀ ਲਈ ਇਕੱਠੀ ਕਰ, ਹੋਰ ਕਰਿਓ ਸੰਗਰਾਮ ਰਾਕਸ਼ਨ, ਬੜਾ ਭਿਆਨਕ ਰਾਕਸ਼ਾਂ ਨੇ ਜੰਗ ਕੀਤਾ, ਆਪ ਜੀ ਇਕੱਲੇ ਹਨ ਦੁਸ਼ਟ ਦਮਨ ਜੀ, ਇੱਕ ਵਾਰ ਹੀ ਸ਼ਸਤਰ ਪਰਵਾਹ, ਇੱਕ ਵਾਰੀ ਸਾਰਿਆਂ ਨੇ ਸਤ ਸੰਗਤ ਜੀ ਸ਼ਸਤਰ ਚਲਾਉਣਾ ਕੀਤੇ, ਭੀਖਣ ਭੇਕ ਭੂਰ ਪਵਕਣ ਤੇ, ਭਿਆਨਕ ਰੂਪ ਨੇ ਰਾਕਸ਼ਾਂ ਦੇ, ਕਾਲੇ ਕਾਲੇ ਲਾਲ ਲਾਲ ਨੇਤਰ ਹਨ, ਬਹੁਤ ਉੱਚੇ ਉੱਚੇ ਕੱਦ ਨੇ, ਬਬਕਦੇ ਨੇ ਸਤ ਸੰਗਤ ਜੀ, ਬੱਕਰੇ ਬੁਲਾਉਂਦੇ ਹਨ, ਅਰੇ ਉਮਟ ਭੱਟ ਰਣ ਕਰ ਚਾਹੋ, ਜੰਗ ਦਾ ਚਾਹ ਧਾਰ ਕੇ ਝੁੱਕ ਕੇ ਆਏ ਸਾਰੇ ਰਾਕਸ਼ ਜੰਗ ਲਈ, ਰਿਖ ਨੰਦਨ ਗਨ ਕਰੇ ਨਿਕੰਦਨ, ਸਾਰੇ ਸਤਸੰਗ ਜੀ ਨਿਰਭੈ ਸਰੂਪ ਦੁਸ਼ਟ ਦਮਨ ਜੀ ਨੇ ਢੰਗ ਦੇ ਨਾਲ ਸਾਰੇ ਮਾਰਨੇ ਸ਼ੁਰੂ ਕਰ ਦਿੱਤੇ। ਬ੍ਰਿੰਦ ਪ੍ਰਹਾਰ ਸਰੀਰ ਸਹਾਰ, ਆਪ ਦੇ ਸਰੀਰ ਦੇ ਉੱਤੇ ਵੀ ਬੜੇ ਸਤਸੰਗ ਜੀ ਜ਼ਖਮ ਸਹਾਰੇ, ਅੰਗ ਅੰਗ ਬਿੰਨਿਆ ਗਿਆ, ਕਰ ਲਾਭ ਵਣਤਾ ਸ਼ਸਤਰ ਬਖਾ ਪਖਾਏ, ਇੰਨੀ ਤੇਜ਼ੀ ਦੇ ਨਾਲ ਸ਼ਸਤਰ ਬਹੁੰਦੇ ਨੇ ਦੁਸ਼ਟ ਦਮਨ ਜੀ। ਨਿਜ ਪਿਤ ਕੋ ਤਪ ਹਿਰਦੇ ਸੰਭਾਰ, ਅੱਜ ਆਪਣੇ ਪਿਤਾ ਸਮੁੰਦਰ ਰਿਖੀ ਦਾ ਜਿਹੜਾ ਤਪ ਹੈ ਨਾ, ਉਹਦੇ ਬਲ ਨੂੰ ਹਿਰਦੇ ਚ ਸੰਭਾਲ ਕਰਕੇ ਜੰਗ ਲੜ ਰਹੇ ਨੇ। ਤੀਖਣ ਤੀਰ ਤਰਾ ਤਰ ਸ਼ੋਰਤ, ਤਰਾ ਤਰ ਇੱਕ ਰਸ, ਤਿੱਖੇ ਤਿੱਖੇ ਤੀਰ ਧਨਕ ਚੋ ਛੱਡ ਰਹੇ ਨੇ ਦੁਸ਼ਟ ਦਮਨ ਜੀ। ਹੋਰਤ ਔਰ ਫਿਰ ਕਰ ਦਿਸ ਚਾਰ, ਚਾਰ ਸਪੇਰੇ ਘੁੰਮ ਘੁੰਮ ਕੇ ਆਉਂਦੇ ਨੇ ਨਾ ਰਾਕਸ਼ ਸਤਸੰਗ ਚੌਹਾਂ ਦੇਸ਼ਾਂ ਤੋਂ, ਆਪ ਵੀ ਘੁੰਮ ਘੁੰਮ ਕੇ ਚਾਰ ਸਪੇਰੇ ਨੂੰ ਸਭ ਦੀਆਂ ਛਾਤੀਆਂ ਭੰਨੀ ਜਾਂਦੇ ਨੇ। ਜਿਮ ਖਾਤੀ ਬਨ ਗਨ ਕੋ ਕੱਟ, ਕੱਟ ਰਹੇ ਨੇ ਦੁਸ਼ਟ ਦਮਨ ਜੀ ਰਾਕਸ਼ਾਂ ਨੂੰ, ਜਿਵੇਂ ਮਿਸਤਰੀ ਜੰਗਲ ਨੂੰ ਕੱਟਦੇ ਐ। ਤਿਮ ਅਕਾਕੀ ਕਰਤ ਪ੍ਰਹਾਰ, ਅੱਜ ਕੱਲੇ ਹੀ ਸਤਸੰਗ ਜੀ ਰਾਕਸ਼ਾਂ ਦੇ ਮੁਕਾਬਲੇ ਤੇ ਉਹਨਾਂ ਨੂੰ ਮਾਰੀ ਜਾਂਦੇ ਨੇ। ਕਿਤਕ ਹਤੇ ਕਿਤ ਭਜੇ ਤਰਾਸ ਧਰ, ਕਿਤਨੇ ਤਾਂ ਮਾਰੇ ਗਏ ਰਾਕਸ਼, ਕਿਤਨੇ ਭੈ ਧਾਰ ਕੇ ਨੱਠ ਗਏ। ਕਰਿਓ ਬੇਲ ਨ ਕ੍ਰੋਧ ਮਹਾਨ, ਬੇਲ ਰਾਕਸ਼ ਨੇ ਬੜਾ ਕ੍ਰੋਧ ਕੀਤਾ, ਛੋਟਾ ਭਰਾ ਉਹਦਾ ਸਵੇਲ ਮਾਰਿਆ ਗਿਆ ਹੈ। ਸੈਲ ਸਰਿੰਗ ਕਰ ਉਜ ਅਖਾਰਿਓ, ਕੀ ਕੀਤਾ ਖਾਲਸਾ ਜੀ ਉਸ ਵੇਲੇ ਬੇਲ ਜਿਹੜਾ ਰਾਕਸ਼ ਸੀ, ਗੁੱਸਾ ਧਾਰ ਕੇ ਉਸਨੇ ਇੱਕ ਪਹਾੜ ਦਾ ਨਾ ਸਤਸੰਗਤ ਜੀ ਉੱਤੋਂ ਸਿਰਾ ਟੀਸੀ ਸੀ ਜਿਹੜੀ, ਵੱਡਾ ਪੱਥਰ ਉਖਾੜ ਲਿਆ। ਸਮੁੱਖ ਪ੍ਰਹਾਰਿਓ ਰਣ ਕਮਸਾਨ, ਬੜਾ ਭਾਰੀ ਪੱਥਰ ਸਤਸੰਗਤ ਜੀ ਸਾਹਮਣੇ ਕਮਸਾਨ ਦਾ ਜੰਗ ਜਿੱਥੇ ਹੋ ਰਿਹਾ ਸੀ, ਦੁਸ਼ਟ ਦਮਨ ਦੇ ਸਿਰ ਨੂੰ ਮਾਰਿਆ ਪੱਥਰ ਚੱਕ ਕੇ ਬੜਾ ਤਕੜਾ। ਆਵਤ ਪਿਕ ਸਰ ਸੋ ਕਰ ਚੂਰਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਨੇ ਦੁਸ਼ਟ ਦਮਨ ਰੂਪ ਦੇ ਅੰਦਰ ਜਦੋਂ ਪੱਥਰ ਆਉਂਦਾ ਦੇਖਿਆ ਆਪ ਦੇ ਉੱਤੇ ਨੂੰ ਤੀਰ ਮਾਰ ਕੇ ਚੂਰਾ ਚੂਰਾ ਕਰ ਦਿੱਤਾ, ਪੱਥਰ ਸਿੜ ਦਿੱਤਾ। ਪਰਿਓ ਧਨ ਕੁਛ ਕਾਜ ਸਰਾਨ, ਕੋਈ ਕੰਮ ਨਾ ਸਰਿਆ ਰਾਕਸ਼ ਤੋਂ ਪੱਥਰ ਮਾਰ ਕੇ ਧਰਤੀ ਤੇ ਸਿੜ ਦਿੱਤਾ ਪੱਥਰ। ਮੁਨਸਤ ਜਲਤ ਬਾਣ ਧਾਨ ਤਾਨਿਓ, ਛੇਤੀ ਦੇ ਨਾਲ ਸਤ ਸੰਗਤ ਜੀ ਉਸ ਵੇਲੇ ਦੁਸ਼ਟ ਦਮਨ ਜੀ ਨੇ ਧਨ ਤੀਰ ਖਿੱਚਿਆ। ਰਿਪਿਓ ਹਤਿਓ ਗਿਰਿਓ ਤਜ ਪ੍ਰਾਣ, ਛਾਤੀ ਚ ਮਾਰਿਆ ਸਤ ਸੰਗਤ ਜੀ ਇਹਦੇ ਬੇਲ ਦੇ
ਦੁਸ਼ਟ ਦਮਨ ਜੀ ਨੇ ਤੀਰ ਧਰਤੀ ਤੇ ਸਿੱਟ ਦਿੱਤਾ। ਚਮੂ ਅਸੰਖ ਭਈ ਦਿਰ ਠਾਂਡੀ, ਸਾਰੀ ਇਹਦੀ ਫੌਜ ਸੰਖਾਂ ਦੀ ਗਿਣਤੀ ਦੀ ਰਾਖਸ਼ਾਂ ਦੀ ਸਾਹਮਣੇ ਖੜੀ ਹੈ। ਜੈ ਚਾਹਤ ਰਣ ਭੀਮ ਬਚਾਏ, ਜਿਨ੍ਹਾਂ ਨੇ ਇੱਛਾ ਧਾਰ ਕੇ ਭਿਆਨਕ ਜੰਗ ਸ਼ੁਰੂ ਕਰ ਲਿਆ। ਕਟ ਕਟ ਵਿਕਟ ਸੁਭਟ ਝਟ ਗਿਰ ਗਿਰ, ਇੰਨਾ ਤੀਰ ਮਾਰਿਆ ਨੇ ਛੱਡਿਆ ਧਨਖ ਵਿੱਚੋਂ ਸਤ ਸੰਗਤ ਜੀ, ਜਿੰਨੇ ਨਾ ਕੱਟੇ ਜਾਣ ਵਾਲੇ ਸੂਰਮੇ ਸੀ ਬੇਕੱਟ ਸਨ ਅਖਵਾਉਂਦੇ, ਉਹ ਛੇਤੀ ਛੇਤੀ ਕੱਟ ਕੱਟ ਕੇ ਸਿੱਟ ਦਿੱਤੇ। ਬਰੀ ਬਰੰਗਨ ਸੁਰਪੁਰ ਜਾਏ, ਜਿਨ੍ਹਾਂ ਨੇ ਭਾਵੇਂ ਰਾਕਸ਼ ਨੇ ਨਿਰਭੈ ਹੋ ਕੇ ਸੂਰਮਤਾਈ ਦੇ ਗੁਣਾਂ ਨੂੰ ਧਾਰ ਕੇ ਜੰਗ ਕਰਦੇ ਨੇ, ਉਹਨਾਂ ਨੇ ਸਤ ਸੰਗਤ ਜੀ ਬਰੰਗਨਾ ਨੂੰ ਬਰਿਆ, ਦੇਵ ਲੋਕ ਦੀਆਂ ਪੱਛਰਾਂ ਨੇ ਆ ਕੇ ਉਹਨਾਂ ਨੂੰ ਬਰਿਆ ਹੈ, ਗਏ ਦੇਵ ਲੋਕ ਨੂੰ। ਸ਼ਸਤਰਨ ਕੀ ਵਰਖਾ ਕਰ ਘਨਸ਼ਮ, ਬੱਦਲ ਜਿਵੇਂ ਸਤਸੰਗ ਵਰਖਾ ਕਰਦਾ ਹੈ, ਸ਼ਸਤਰਾਂ ਦੀ ਵਰਖਾ ਕਰਕੇ ਪਰੇ ਆਏ ਚਾਰੋਂ ਦਿਸ ਧਾਏ, ਚਾਰ ਛਪੇਰੇ ਹਮਲਾ ਕੀਤਾ ਦੁਸ਼ਟ ਦਮਨ ਜੀ ਦੇ ਦੇਵ ਇਹਨਾਂ ਰਾਕਸ਼ਾਂ ਨੇ। ਤਪਸੀ ਸੁੱਤ ਪਰਵਾਰਨ ਕੀਨ, ਘੇਰ ਲਿਆ ਚਾਰ ਛਪੇਰੇ, ਜਿਵੇਂ ਸਤਸੰਗ ਖਾਲੀ ਹੁੰਦੀ ਹੈ ਬਿਰਛ ਦੇ ਇਰਦ ਗਿਰਦ, ਇਹਨਾਂ ਨੇ ਵਿਚਾਲੇ ਲੈ ਕੇ ਸਤ ਸੰਗਤ ਜੀ ਦੁਸ਼ਟ ਦਮਨ ਜੀ ਨੂੰ ਚਾਰ ਸਪੇਰਿਓ ਆਏ। ਕਹੇ ਕਹੇ ਹੱਥ ਹੋਇਸ ਹੋਵੈ ਨਾ ਪਲਾਏ, ਕਹਿੰਦੇ ਮਾਰ ਦਿਓ ਕਿਤੇ ਨੱਠ ਨਾ ਜਾਵੇ। ਨਿਜ ਪਰਾ ਕਰਮ ਸੰਭਾਰਨ ਕਰਕੇ, ਇਧਰ ਆਪਣਾ ਉਦਮ ਸੰਭਾਲ ਕੇ ਦੁਸ਼ਟ ਦਮਨ ਜੀ, ਗਏ ਕਦੰਡ ਕਹੋ ਤਪਸੀ ਤਾਤ, ਇਧਰ ਸਮੁੰਦਰਖੀ ਤਪਸੀ ਦੇ ਪੁੱਤਰ ਸਮੁੰਦਰਖੀ ਦੇ ਸਤ ਸੰਗਤ ਜੀ ਮਹਾਰਾਜ ਜੀ ਦੁਸ਼ਟ ਦਮਨ ਜੀ ਧਨਖ ਤੇ ਤੀਰ ਪਕੜ ਕੇ, ਮਰਦਨ ਕਰੇ ਦੈਂਤ ਬੜ ਜੋਧਾ, ਬੜੇ ਬੜੇ ਜੋਧੇ ਖੱਬੀ ਖਾਂ ਜਿਹੜੇ ਕਹਾਉਂਦੇ ਸੀ ਰਥੀ ਸੂਰਮੇ ਬੇਰਥ ਅਤ ਰਥੀ ਸੂਰਮੇ, ਮਲ ਮਲ ਕੇ ਸਿੱਟ ਦਿੱਤੇ। ਹਰ ਤੀਰਨ ਤੇ ਹਤੇ ਪਪਾਤ, ਬਹੁਤ ਸਾਰੇ ਤੀਰ ਛੱਡ ਕੇ ਧਰਤੀ ਦੇ ਉੱਤੇ ਮਾਰ ਕੇ ਸਿੱਟ ਦਿੱਤੇ। ਚਰਨ ਕਿਤੇ ਕੇ ਗੁਲ ਫਰੋ ਜਾਨੂ, ਕਈਆਂ ਦੇ ਸਤਸੰਗ ਜੀ ਖਿੰਡੇ ਪਏ ਨੇ, ਕਿਤੇ ਗੋਡੇ ਹਨ ਕਿਤੇ ਗਿੱਟੇ ਹਨ ਕਿਤੇ ਪੈਰ ਹਨ। ਕੇਤਕ ਕੱਟਤੇ ਕੱਟ ਗਿਰ ਜਾਤ, ਕਈ ਲੱਕ ਤੋਂ ਕੱਟੇ ਗਏ ਡਿੱਗੇ ਪਏ। ਕੇਤਕ ਹਿਰਦੇ ਬਦੀਰਨ ਕੀਨ, ਕਈਆਂ ਦੇ ਦਿਲ ਪਾੜ ਕੇ ਰੱਖ ਦਿੱਤੇ। ਕੇਤਕ ਪੂਜਾ ਕਾਟ ਕਿਜ ਕਾਤ, ਕਈਆਂ ਦੀਆਂ ਬਾਹਾਂ ਕੱਟੀਆਂ ਗਈਆਂ। ਕਟੇ ਗਰੀਬ ਤੇ ਬਦਨ ਭੇਦ ਬਹੁ, ਕਈਆਂ ਦੇ ਸਤਸੰਗ ਜੀ ਚਿਹਰੇ ਬਿੰਨ ਦਿੱਤੇ ਤੀਰਾਂ ਦੇ ਨਾਲ, ਕਈ ਗਲ ਤੋਂ ਕੱਟੇ ਗਏ। ਕੇਤਕ ਮਸਤਕ ਸੀਸ ਗ੍ਰੰਥ, ਕਈਆਂ ਦੇ ਸਿਰ ਡਿੱਗ ਪਏ ਖੋਪੜੀਆਂ ਲੈ ਗਈਆਂ, ਮੱਥਿਆਂ ਚ ਵੱਜੇ ਤੀਰ। ਉੱਠੇ ਕਬੰਧ ਅੰਧ ਗਨ ਡੋਲਤ, ਕਈ ਗਰਮ ਗਨ ਸਤਸੰਗਤ ਜੀ ਜਦੋਂ ਸ਼ਹੀਦ ਹੋ ਜਾਂਦੇ ਆ ਨਾ, ਸਰੀਰ ਹਲੇ ਗਰਮ ਹੁੰਦਾ ਹੈ, ਸਿਰ ਕਈਆਂ ਦੇ ਲੈ ਗਏ, ਧੜਾਂ ਉੱਠਦੀਆਂ ਨੇ ਲੜਨ ਵਾਸਤੇ। ਰੈਤਨ ਕੋ ਕਾਟਤ ਬਲਵੰਤ, ਹੁਣ ਸਰੀਰ ਦੇ ਉੱਤੇ ਸਿਰ ਤਾਂ ਹੈ ਨੀ, ਉਹ ਰਾਕਸ਼ਾਂ ਦੀਆਂ ਧੜਾਂ ਉੱਠ ਕੇ ਹੱਥ ਵਿੱਚ ਸ਼ਸਤਰ ਹੋਵੇ, ਜਿਵੇਂ ਦੈਂਤਾਂ ਨੂੰ ਇੱਕ ਦੂਜੇ ਨੂੰ ਕੱਟੀ ਜਾਂਦੇ ਨੇ। ਜਿਤ ਕੇ ਤਪਸੀ ਸਤਕੋ ਦੇਖਤ, ਇਉਂ ਸਮਝਦੇ ਨੇ ਮੈਂ ਤਪਸੀ ਦਾ ਪੁੱਤਰ ਦੁਸ਼ਟ ਦਮਨ ਸਾਡੇ ਨਾਲ ਲੜ ਰਿਹਾ, ਇੱਧਰ ਹੀ ਹੋਣਾ, ਹੁਣ ਜਦ ਸਿਰ ਉੱਤੇ ਹੈ ਨੀ, ਦੇਖਣਾ ਤਾਂ ਅੱਖਾਂ ਨਾਲ ਹੀ ਹੈ, ਧੜਾਂ ਗਰਮ ਗਰਮ ਉੱਠ ਕੇ ਨਾ ਵੀਰ ਰਸ ਜਾਗਿਆ ਹੋਇਆ, ਰਾਕਸ਼ ਰਾਕਸ਼ਾਂ ਨੂੰ ਵੱਢੀ ਜਾਂਦੇ ਨੇ। ਸ਼ਸਤਰ ਠਾਵਤ ਸਤਰਨ ਹੰਤ, ਸ਼ਸਤਰ ਚੱਕ ਚੱਕ ਕੇ ਮਾਰਦੇ। ਲੋਥਨ ਗਨ ਪੋਥਨ ਕੋ ਕਰਕੇ, ਲੋਥਾਂ ਤੇ ਲੋਥਾਂ ਸਤਸੰਗੀ ਢੇਰ ਲੱਗ ਗਏ। ਅਤ ਲਾਗਵਤਾ ਕਰਦ ਕਰੰਤ, ਬੜੀ ਤੇਜ਼ੀ ਕਰਕੇ ਦਿਖਾ ਰਹੇ ਨੇ ਦੁਸ਼ਟ ਦਮਨ ਜੀ। ਬੇਲ ਸਬੇਲ ਦੈਂਤ ਮਤ ਸਗਰੇ, ਜਦੋਂ ਖਾਲਸਾ ਜੀ ਬੇਲ ਸਬੇਲ ਦੋਨੋਂ ਜਿਹੜੇ ਮੁਖੀ ਸੀ ਮਾਰੇ ਗਏ। ਅਪਰ ਪਲਾਏ ਦਸ ਦਿਸ ਮਾਹੇ, ਹੋਰ ਜਿੰਨੇ ਰਾਕਸ਼ੀ ਜਲ ਛੱਡ ਗਏ, ਨੱਠ ਗਏ ਦਸੋ ਦਿਸਾ ਨੂੰ। ਰਕਤ ਬੀਜ ਕੇ ਨਿਕਟ ਸੁਧਾਰੇ, ਰਕਤ ਬੀਜ ਇਹਨਾਂ ਚ ਬੜਾ ਭਾਰੀ ਸੂਰਮਾ ਸੀ, ਉਹਦੇ ਕੋਲੇ ਗਏ ਨੱਠ ਕੇ ਰਾਕਸ਼। ਸੁਧ ਦੀਨ ਸੀ ਇੱਕ ਤਪਸੀ ਆਹੇ, ਜਾ ਕੇ ਖਬਰ ਦਿੱਤੀ ਦੈਂਤਾ ਨੇ, ਕਹਿੰਦੇ ਬੇਲ ਸਵੇਲ ਦੋਨੋਂ ਮਾਰੇ ਗਏ। ਹੇ ਰਕਤ ਬੀਜ, ਬੜਾ ਭਾਰੀ ਤਪੱਸੀ ਤਾਪਾ ਜੀ ਦਾ ਕੀਤਾ ਹੋਇਆ, ਕੱਲੇ ਹੀ ਜੰਗ ਕਰ ਰਿਹਾ ਸਾਡੇ ਨਾਲ। ਜਿਸਨੇ ਕਰ ਸੰਗਰਾਮ ਖਪਾਏ, ਕੱਲੇ ਨੇ ਜੰਗ ਕਰਕੇ ਸਾਨੂੰ ਮਾਰ ਦਿੱਤਾ ਹੈ। ਸੁਰ ਸੰਗ ਅਸੰਖ ਬਚਿਓ ਤਹਿ ਨਾਹੀ, ਅਸੰਖਾਂ ਦੀ ਗਿਣਤੀ ਚ ਜਿੰਨੇ ਅਸੀਂ ਰਾਕਸ਼ ਸੀ, ਸਾਡੇ ਚ ਕੋਈ ਬਚਿਆ ਨਹੀਂ। ਦੁਰਮਦ ਗਰਬਤ ਪੁਨ ਰਣ ਚਾਹਤ, ਸਤਸੰਗਤ ਜੀ ਇੱਧਰ ਹੰਕਾਰ ਦੇ ਨਾਲ ਦੁਰਮਤੀਏ ਹਨ, ਮਾਸਾਹਾਰੀ ਨੇ, ਸ਼ਰਾਬਾਂ ਪੀਣ ਵਾਲੇ ਨੇ, ਇਸ ਕਰਕੇ ਹੰਕਾਰ ਨਾਲ ਦੁਬਾਰਾ ਜੰਗ ਲੜਨਾ ਚਾਹੁੰਦੇ ਨੇ। ਅਰੇ ਅਗਾਰੀ ਕੋ ਤਤ ਜਾਹੇ, ਕਹਿਣ ਲੱਗੇ ਕੌਣ ਉਹਦੇ ਮੂਹਰੇ ਜਾ ਕੇ ਲੜੇ, ਇਸ ਵੇਲੇ ਦੁਸ਼ਟ ਦਮਨ ਬਹੁਤ ਪ੍ਰਬਲ ਹੈ। ਹੁਣ ਚਤਰਾਗਨ ਅਧਿਕ ਪਠਾਈ, ਫੇਰ ਸਤ ਸੰਗ ਜੀ ਰਕਤ ਬੀਜ ਸਾਹਮਣੇ ਆਇਆ, ਚਾਰ ਤਰ੍ਹਾਂ ਦੀ ਫੌਜ, ਰਥਾਂ ਦੀ ਫੌਜ,
ਘੋੜਿਆਂ ਵਾਲੀ ਫੌਜ, ਹਾਥੀਆਂ ਵਾਲੀ ਫੌਜ, ਪੈਦਲ ਫੌਜ, ਇਹ ਚਾਰ ਤਰ੍ਹਾਂ ਦੀ ਫੇਰ ਭੇਜੀ। ਜੇਕਰ ਦਾਨ ਦਰਬ ਸਨਮਾਨ, ਰਕਤ ਬੀਜ ਨੇ ਸਤਸੰਗ ਜੀ ਸਾਰੇ ਸੂਰਮਿਆਂ ਦਾ ਸਤਿਕਾਰ ਕਰਕੇ ਸਿਰ ਪਾਉ ਦੇ ਕੇ ਫੇਰ ਭੇਜੇ। ਮੁਨ ਨੰਦਨ ਸੋ ਸਿਰ ਜੋ ਸੰਘਰ, ਦੁਬਾਰਾ ਫੇਰ ਸਤਸੰਗ ਜੀ ਜੰਗ ਸ਼ੁਰੂ ਕਰ ਦਿੱਤਾ ਦੁਸ਼ਟ ਦਮਨ ਨਾਲ। ਆਯੁਧ ਹਤੇ ਬੂੰਦ ਜਿਮ ਬਾਨ, ਐ ਸ਼ਸਤਰ ਚਲਾਉਂਦੇ ਨੇ ਜਿਵੇਂ ਬੱਦਲ ਦੇ ਵਿੱਚੋਂ ਬੂੰਦਾਂ ਡਿੱਗਦੀਆਂ ਪਾਣੀ ਦੀਆਂ। ਵਰਕ ਅਨੇਕੇ ਇਸ ਵਿਦ ਬੀਤੇ, ਖਾਲਸਾ ਜੀ ਆਖੋ ਵਾਹਿਗੁਰੂ ਇਹ ਜੰਗ ਹੋਇਆ ਕਿੰਨਾ ਚਿਰ, ਅਨੇਕਾਂ ਸਾਲ ਬੀਤ ਗਏ ਸਤਸੰਗ ਜੀ, ਸਾਲ ਭਇਓ ਤਿੰਨ ਪੰਜ ਹਜ਼ਾਰ, ਦੋਹੋਂ ਬਲ ਤੇ ਲੜਤੇ ਨੇ ਬਾਂਹ ਟਲੀ ਹੈ। ਮਧੂ ਕੈਟ ਦੈਂਤਾਂ ਦੋਨਾਂ ਦੇ ਨਾਲ ਵਿਸ਼ਨੂੰ ਭਗਵਾਨ ਨੇ ਜੰਗ 5000 ਸਾਲ ਕੀਤਾ ਸੀ। ਇਹ ਕਲਗੀਧਰ ਪਾਤਸ਼ਾਹ ਨੇ ਬਾਣੀ ਚੋਂ ਦੱਸਿਆ ਹੈ ਵੀ ਇੰਨਾ ਸਮਾਂ ਉਸਨੇ ਜੰਗ ਕੀਤਾ। ਆਪ ਜੀ ਤਾਂ ਸਤਸੰਗ ਜੀ ਹਜ਼ਾਰਾਂ ਸਾਲ ਜੰਗ ਇਹਨਾਂ ਰਾਕਸ਼ਾਂ ਨਾਲ ਕੀਤਾ ਹੈ, ਬੜਾ ਭਾਰੀ। ਕਰਤੇ ਕੋਰ ਕਨੋ ਘਮਸਾਨ, ਘਮਸਾਨ ਦਾ ਭਿਆਨਕ ਜੰਗ ਕਰਦੇ ਆ, ਸਮਾਂ ਬਹੁਤ ਬਤੀਤ ਹੋਇਆ। ਅਤੇ ਜੈ ਅਰ ਪੁਨ ਚੜ ਆਵੇ, ਮਾਰੇ ਜਾਂਦੇ ਨੇ ਫੇਰ ਹੋਰ ਚੜ ਕੇ ਆ ਜਾਂਦੇ ਨੇ ਰਾਕਸ਼। ਓ ਕਾਂ ਲੋ ਜੁਦ ਮਹਾਨ, ਭਾਈ ਸਾਹਿਬ ਜੀ ਕਹਿੰਦੇ ਹੇ ਖਾਲਸਾ ਜੀ ਕਿੱਥੇ ਤੱਕ ਦੁਸ਼ਟ ਦਮਨ ਜੀ ਦਾ ਜੰਗ ਵਰਣਨ ਕਰੀਏ। ਸੰਮਤ ਬ੍ਰਿੰਦ ਬਹੁਤ ਹੀ ਬੀਤੇ, ਬਹੁਤ ਹੀ ਸਾਲਾਂ ਦੇ ਸਾਲ ਬਤੀਤ ਹੋ ਗਏ। ਹੱਥ ਹੱਥ ਸਤਰੂ ਦੇ ਖਪਾਏ, ਮਾਰ ਮਾਰ ਕੇ ਬੈਰੀ ਰਾਕਸ਼ੀ ਖਪਾ ਦਿੱਤੇ। ਉਹਨੇ ਆਵੇ ਉਪਜਿਤ ਨਿਤ ਜਾਵੇ, ਦੁਬਾਰਾ ਫੇਰ ਸਤਸੰਗ ਜੀ ਪ੍ਰਗਟ ਹੋ ਕੇ ਆ ਜਾਂਦੇ ਨੇ। ਬੇਸਮਾਰ ਮਰ ਹੈ ਰਣ ਕਾਏ, ਬੇਅੰਤੀ ਜੰਗ ਵਿੱਚ ਜ਼ਖਮ ਖਾ ਖਾ ਕੇ ਮਰੀ ਜਾਂਦੇ ਨੇ। ਗ੍ਰੰਥ ਪੜ੍ਹਨ ਤੇ ਕੀਨ ਸਮਾਸਨ, ਭਾਈ ਸਾਹਿਬ ਜੀ ਕਹਿੰਦੇ ਹੇ ਗੁਰੂ ਕੇ ਸਿੱਖੋ ਇਹ ਗ੍ਰੰਥ ਸਾਹਿਬ ਵੱਧ ਨਾ ਜਾਵੇ ਕਿਤੇ ਕਥਾ, ਅੱਗੇ ਨੀ ਸੁਣ ਕੇ ਕੁਛ ਹਾਂ ਆਪਾਂ ਤਾਂ ਕਲਜੂਗੀ ਜੀਵ, ਸੰਖੇਪ ਕਰਕੇ ਲਿਖਦੇ ਹਾਂ। ਜਬ ਐਸੋ ਸੰਗਰਾਮ ਮਚਾਏ, ਜਦੋਂ ਇਸ ਪ੍ਰਕਾਰ ਭਿਆਨਕ ਜੰਗ ਕੀਤਾ। ਉੱਠੀ ਚੰਡਕਾ ਸਹਿਤ ਕਾਲਕਾ, ਜਦ ਨੂੰ ਦਮ ਲੈ ਲਿਆ ਸਤਸੰਗ ਜੀ, ਜਿਹੜੀ ਡੱਠ ਕੇ ਲੁਕੀ ਹੋਈ ਸੀ ਸਮੁੰਦਰੀ ਦੇ ਚਰਨਾਂ ਚ ਜਾ ਕਰਕੇ, ਸ਼ਕਤੀ ਜਿਹਨੂੰ ਕਹਿੰਦੇ ਆਪਾਂ ਚੰਡੀ, ਇਹ ਫੇਰ ਉੱਠੀ। ਬਈ ਮੇਰੀ ਤਾਂ ਮਦਦ ਕਰ ਰਹੇ ਨੇ, ਇਕੱਲੇ ਹੀ ਜੰਗ ਲੜ ਰਹੇ ਨੇ, ਹੁਣ ਤੱਕ ਥੱਕੇ ਨੀ, ਹਜ਼ਾਰਾਂ ਸਾਲ ਜੰਗ ਕਰਦਿਆਂ ਹੋ ਗਿਆ, ਮੈਂ ਤਾਂ ਥੋੜੇ ਜੇ ਮਾਰ ਕੇ ਥੱਕ ਗਈ ਸੀ, ਨੱਠੇ ਆਈ ਸੀ। ਅੱਜ ਸਤਸੰਗ ਜੀ ਇਹਨੂੰ ਹਿੱਤ ਜਾਗਿਆ ਕਿ ਜਿਹੜੇ ਮੇਰੇ ਜੇ ਸਤਸੰਗ ਜੀ ਆਪਣੇ 'ਤੇ ਕੋਈ ਮਦਦ 'ਤੇ ਆਵੇ ਆਪਾਂ ਪਿੱਛੇ ਹਟ ਜਾਈਏ, ਇਹ ਕੋਈ ਨਿਆਂ ਤਾਂ ਨਹੀਂ ਹੈ, ਆਵੇ ਤਾਂ ਆਪਣੀ ਮਦਦ 'ਤੇ, ਆਪਾਂ ਅਗਰ ਇਹਨੂੰ ਮੂਹਰੇ ਕਰਕੇ ਆ ਪਿੱਛੇ ਹਟ ਜਾਈਏ ਉਹਨੂੰ ਕੌਣ ਚੰਗਾ ਕਹੇਗਾ। ਅੱਜ ਇਹ ਸ਼ਰਮਸ਼ਾਰ ਹੋਈ, ਇਹਨੇ ਸੋਚਿਆ ਮੇਰੇ ਵਾਸਤੇ ਤਾਂ ਜੂਝਦੇ ਹਨ, ਮੇਰੀ ਰੱਖਿਆ ਕੀਤੀ ਹੈ ਇਹਨਾਂ ਦੇ ਪਿਤਾ ਨੇ ਸਮੁੰਦਰੀ ਨੇ, ਅੱਜ ਪ੍ਰਗਟ ਕਰਕੇ ਇਹਨਾਂ ਨੂੰ ਸਾਹਮਣੇ ਮੁਕਾਬਲੇ 'ਤੇ ਖੜੇ ਕੀਤਾ ਹੈ, ਜੰਗ ਹੋ ਰਿਹਾ, ਮੇਰਾ ਧਰਮ ਨਹੀਂ ਮੈਂ ਪਿੱਛੇ ਹਟਾਂ, ਹੁਣ ਗੁਪਤ ਰਹਾਂ, ਮੈਂ ਥੱਕੀ ਹੋਈ ਸੀ, ਹੁਣ ਬਥੇਰਾ ਦਮ ਲੈ ਲਿਆ। ਫਿਰ ਚੰਡੀ ਪ੍ਰਗਟ ਹੋਈ, ਰੋਧਾ ਲੈ ਸ਼ਕਤੀ ਸਮਦਾਏ, ਇਹਨੇ ਵੀ ਆਪਣੀਆਂ ਸ਼ਕਤੀਆਂ ਲਈਆਂ, ਵੀਰ ਰਾਸ ਧਾਰ ਕੇ ਕਾਲੀ ਆਦਿਕ ਨਾਲ ਲਈਆਂ ਚੰਡੀ ਨੇ। ਭਈ ਯੁੱਧ ਮੈਂ ਵਿਦਤ ਭਵਾਨੀ, ਇਹ ਭਵਾਨੀ ਸਤਸੰਗ ਜੀ ਸ਼ਕਤੀ ਚੰਡੀ ਪ੍ਰਗਟ ਹੋਈ ਜੰਗ ਵਿੱਚ। ਗਣ ਅਨੇਕ ਭੈਰਵ ਦਰਸਾਏ, ਇਸੇ ਤਰ੍ਹਾਂ ਟੌਣਾ ਛੌਣਾ ਗਣ ਸ਼ਿਵ ਜੀ ਦੇ ਭੈਰੋ ਆਦਿਕ ਬਹੁਤ ਸਾਰੇ ਪ੍ਰਗਟ ਹੋਏ ਦੇ ਨਾਲ। ਮਾਰ ਮਾਰ ਅਸਰਨ ਪਰ ਕਰਕੇ, ਮਾਰ ਲੋ ਕਰਕੇ ਸਤਸੰਗ ਜੀ ਦੈਂਤਾ ਤੇ ਪਈ ਇਹ ਚੰਡੀ। ਏਕੇ ਬਾਰ ਪਰੇ ਅਰਗਰਾਏ, ਅਡਾਟ ਕੇ ਪਾ ਕੇ ਸਤਸੰਗ ਜੀ ਜਕਾਰੇ ਛੱਡ ਛੱਡ ਕੇ ਪਏ। ਗੁਰਜਨ ਗਦਾ ਗਰਭ ਗਹਿ ਪਾਥਰ, ਬਹੁਤ ਸਾਰੀਆਂ ਗੁਰਜਾਂ ਇਸੇ ਤਰ੍ਹਾਂ ਸਤਸੰਗ ਜੀ ਗਦਾ ਕਈਆਂ ਨੇ ਪੱਥਰੀ ਚੱਕੇ। ਰਥ ਮਾਥੇ ਤਿਤ ਮਥੇ ਰਸਾਏ, ਥਾਂ ਥਾਂ ਤੇ ਕਿਹਨਾਂ ਦੇ ਮੱਥੇ ਭੰਨ ਦਿੱਤੇ, ਕਈ ਰਾਥੀ ਸਤਸੰਗ ਪੀ ਕੇ ਰੱਖ ਦਿੱਤੇ। ਸਰੋਣਤ ਨਿਕਸਤ ਅਚਤ ਕਾਲਕਾ, ਜਿਉਂ ਜਿਉਂ ਖੂਨ ਦੈਂਤਾਂ ਦਾ ਨਿਕਲਦਾ ਹੈ, ਦੈਂਤਾਂ 'ਚ ਸਿਫਤ ਹੈ, ਇਹਨਾਂ ਕੋਲ ਸੰਜੀਵਨੀ ਮੰਤਰ ਹੈ, ਦੇਵਤਿਆਂ ਕੋਲੇ ਹੈ ਨਹੀਂ। ਇਹ ਦੇਵਤਿਆਂ ਨੇ ਬੜੀ ਕੋਸ਼ਿਸ਼ ਕੀਤੀ ਸੰਜੀਵਨੀ ਮੰਤਰ ਲੈਣ ਦੀ, ਪਰ ਇਹਨਾਂ ਨੂੰ ਸਤਸੰਗ ਜੀ ਜੇ ਮਿਲਿਆ ਫਿਰ ਵੀ, ਇਹ ਜਿਹੜਾ ਸਤਸੰਗ ਜੀ ਬ੍ਰਹਸਪਤ ਦਾ ਲੜਕਾ ਸੀ ਕੱਚ, ਉਹ ਫੇਰ ਤਿਆਗ ਗਿਆ ਸੀ। ਦੋ ਤਿੰਨ ਵਾਰੀ ਵਿਚਾਰੇ ਦੀ ਮੌਤ ਹੋਈ, ਮਾਰਤਾ ਸੀ ਰਾਕਸ਼ਾਂ ਨੇ। ਸੰਜੀਵਨੀ ਮੰਤਰ ਸਿੱਖਣ ਆਇਆ ਹੋਇਆ ਦਸਵੇਂ ਪਾਤਸ਼ਾਹ ਨੇ ਦਸਵੇਂ ਗੁਰੂ ਗ੍ਰੰਥ ਸਾਹਿਬ ਫਰਮਾਇਆ, ਦੇਵਤਿਆਂ ਨੇ ਦੇਵ ਸਭਾ ਦੇ ਅੰਦਰ ਵਿਚਾਰ ਕੀਤੀ ਕਿ ਜਦੋਂ ਰਾਕਸ਼ਾਂ ਨਾਲ ਜੰਗ ਹੁੰਦਾ ਉਹ ਆਪਣੇ ਸੂਰਮਿਆਂ ਨੂੰ ਛੇਤੀ ਸੁਰਜੀਤ ਕਰ ਲੈਂਦੇ, ਇੱਥੇ ਤੱਕ ਕਿ ਜਿੰਨੀਆਂ ਬੂੰਦਾਂ ਖੂਨ ਦੀਆਂ ਨਿਕਲੀਆਂ ਉਹਨੇ ਹੋਰ ਪੈਦਾ ਹੋ ਜਾਂਦੇ, ਆਪਾਂ ਨੂੰ ਬੜੀ ਔਕੜਾ ਬਣਦੀ ਹੈ।
ਫਿਰ ਬ੍ਰਹਸਪਤ ਨੇ ਦੱਸਿਆ ਬ੍ਰਹਸਪਤ ਦੇਵਤਿਆਂ ਦਾ ਗੁਰੂ ਹੈ, ਸ਼ੁਕਰਾਚਾਰਜ ਰਾਕਸ਼ਾਂ ਦਾ ਗੁਰੂ ਹੈ। ਕਹਿਣ ਲੱਗਾ ਬ੍ਰਹਸਪਤ, ਤੁਹਾਨੂੰ ਪਤਾ ਵੀ ਰਾਕਸ਼ਾਂ ਕੋਲੇ ਸੰਜੀਵਨੀ ਮੰਤਰ ਹੈ, ਪੜ੍ਹਿਆ ਨਹੀਂ ਤੇ ਪ੍ਰਗਟ ਹੋਏ ਨਹੀਂ। ਕਹਿਣ ਲੱਗੇ ਫਿਰ ਆਪਾਂ ਨਹੀਂ ਸਿੱਖ ਸਕਦੇ ਮੰਤਰ, ਵਿਦਿਆ ਹਰ ਕੋਈ ਪੜ੍ਹ ਸਕਦਾ ਹੈ। ਕਹਿੰਦੇ ਫਿਰ ਕੌਣ ਸਿਖਾਊ? ਕਹਿੰਦੇ ਦੈਂਤਾਂ ਦਾ ਗੁਰੂ ਹੀ ਸਿਖਾਊਗਾ, ਉਹਨੂੰ ਸੰਜੀਵਨੀ ਮੰਤਰ ਦਾ ਭੇਤ ਹੈ। ਗੁਰੂ ਸਦਾ ਹੀ ਉਹ ਸਕਦਾ, ਭਾਵੇਂ ਰਾਕਸ਼ਾਂ ਦਾ, ਭਾਵੇਂ ਦੇਵਤਿਆਂ ਦਾ, ਭਾਵੇਂ ਮੁਸਲਮਾਨਾਂ ਦਾ, ਭਾਵੇਂ ਹਿੰਦੂਆਂ ਦਾ, ਭਾਵੇਂ ਸਿੱਖਾਂ ਦਾ, ਜਿਹਦੇ ਅੰਦਰ ਦੁਆਇਤ ਨਹੀਂ, ਜਿਹਦੇ ਅੰਦਰ ਦੁਆਇਤ ਹੈ ਖਾਲਸਾ ਜੀ, ਉਹ ਗੁਰੂ ਨਹੀਂ ਖਿਮਾ ਕਰਨਾ। ਇਸੇ ਕਰਕੇ ਆਪਣਾ ਘਰ ਜੇ ਕੋਈ ਪੁੱਛੇ ਨਾ ਤੁਹਾਡਾ ਸਿਧਾਂਤ ਕੀ ਹੈ ਗੁਰੂ ਨਾਨਕ ਦੇਵ ਜੀ ਦਾ, ਰਸਨਾ ਤੋਂ ਕਦੇ ਨਾ ਭੁੱਲੀਏ ਸਾਡਾ ਅਦਵੈਤ ਸਿਧਾਂਤ ਹੈ, ਕਿਸੇ ਨਾਲ ਵੀ ਦੁਆਇਸ਼ ਨਾ ਕਰਨੀ। ਦੁਤੀਆ ਭਵੰਗ ਭਗਤੀ, ਦੁਆਇਤ ਭਾਵ ਪੁਨਾ ਪੁਨਾ ਜਨਮ ਦਿੰਦਾ। ਜੇ ਗੁਰੂ ਦੁਆਇਤ ਦਾ ਭਰਿਆ ਹੋਇਆ ਉਹ ਜਨਮ ਲੈਂਦਾ ਫਿਰਦਾ, ਸਿੱਖਾਂ ਨੂੰ ਕਿਵੇਂ ਕਲਿਆਣ ਮੁਕਤੀ ਦੇਵੇਗਾ? ਉਸ ਵੇਲੇ ਖਾਲਸਾ ਜੀ ਦੇਵ ਸਭਾ ਦੇ ਅੰਦਰ ਵਿਚਾਰ ਹੋਈ ਕਿ ਕੋਈ ਵਿਦਿਆਰਥੀ ਭੇਜੀਏ, ਸਿੱਖ ਕੇ ਆਵੇ ਸੰਜੀਵਨੀ ਮੰਤਰ। ਇਹ ਸਤਸੰਗ ਜੀ ਬ੍ਰਹਸਪਤ ਦੇ ਲੜਕੇ ਕੱਚ ਨੂੰ ਭੇਜਿਆ, ਸ਼ੁਕਰਾਚਾਰਜ ਕੋਲੇ ਆ ਕੇ ਨਮਸਕਾਰ ਕੀਤੀ। ਹੇ ਗੁਰੂ ਜੀ, ਮੈਂ ਤਾਂ ਬ੍ਰਹਮ ਵਿਦਿਆ ਸੰਜੀਵਨੀ ਮੰਤਰ ਸਿੱਖਣ ਆਇਆ। ਜਿਹੜਾ ਸਤਸੰਗ ਜੀ ਵਿਦਿਆ ਆਉਂਦੀ ਹੋਵੇ ਨਾ ਕਿਸੇ ਨੂੰ ਦੱਸੇ, ਕਹਿੰਦੇ ਉਹ ਕਈ ਜਨਮ ਕੱਛੂ ਦੇ ਪਾਉਂਦਾ ਹੈ, ਇਹ ਵੀ ਪਾਪ ਹੈ। ਵਿਦਿਆ ਆਵੇ ਦੱਸੇ ਨਾ ਕਿਸੇ ਨੂੰ। ਸ਼ੁਕਰਾਚਾਰਜ ਕਹਿਣ ਲੱਗਾ ਆਓ ਪੁੱਤਰ, ਕਿਉਂ ਨਹੀਂ, ਜ਼ਰੂਰ ਪੜ੍ਹ। ਰਹਿਣ ਲੱਗ ਗਿਆ। ਅੱਗੇ ਸਤਸੰਗ ਜੀ ਵਰ ਦੇ ਕੇ ਹੀ ਵਿਦਿਆ ਵਿਦਵਾਨ ਬਣਾ ਦਿੰਦੇ ਸੀ, ਇੰਨੀ ਸ਼ਕਤੀ ਰੱਖਦੇ ਹੁੰਦੇ ਗੁਰੂ। ਕਿਉਂ? ਕਿਰਪਾ ਫਲਦੀ ਹੈ, ਮਿਹਨਤ ਨਹੀਂ ਫਲਦੀ। ਕਹਿਣ ਲੱਗਾ ਗੁਰੂ ਜੀ ਮੈਨੂੰ ਦੱਸੋ ਘਰ ਦੀ ਸੇਵਾ, ਉਦੋਂ ਗਾਈਆਂ ਬਹੁਤ ਹੁੰਦੀਆਂ, ਸੱਚ ਨਹੀਂ ਕਹਿੰਦੇ ਗਾਈਆਂ ਚਾਰ ਲਿਆਇਆ ਕਰ। ਸ਼ੁਕਰਾਚਾਰਜ ਦੀ ਦੇਵਜਾਨੀ ਲੜਕੀ ਸੀ, ਉਹਨੇ ਭੈਣ ਕਰਕੇ ਸਮਝੀ, ਸਤਯੁਗ ਦਾ ਸਮਾਂ ਸੀ, ਗਾਈਆਂ ਚਾਰ ਜਾਇਆ ਕਰੇ। ਰਾਕਸ਼ਾਂ ਨੂੰ ਪਤਾ ਲੱਗ ਗਿਆ, ਕਹਿੰਦੇ ਓਏ ਬੜਾ ਸੋਹਣਾ ਸਰੂਪ ਵਾਲਾ ਦੇਵਤਿਆਂ ਦੇ ਗੁਰੂ ਦਾ ਮੁੰਡਾ ਇੱਥੇ ਆਪਣੇ ਗੁਰੂ ਕੋਲੇ ਰਹਿੰਦਾ ਹੈ, ਭੇਤ ਲਓ ਕਿਉਂ ਆਇਆ? ਪਤਾ ਕੀਤਾ, ਕਹਿੰਦੇ ਸੰਜੀਵਨੀ ਮੰਤਰ ਸਿੱਖਣ ਆਇਆ। ਕਹਿੰਦੇ ਫਿਰ ਸੋਚ ਲਓ, ਜੇ ਬੈਰੀਆਂ ਨੇ ਸੰਜੀਵਨੀ ਮੰਤਰ ਸਿੱਖ ਲਿਆ ਉਹ ਵੀ ਜਿਉਂਦੇ ਹੋ ਜਾ ਕਰਨਗੇ, ਆਪਾਂ ਨੂੰ ਦੇਵਤੇ ਜਿੱਤਣੇ ਔਖੇ ਹੋ ਜਾਣੇ ਨੇ, ਫੜੋ ਉਸ ਨੂੰ ਮਾਰੋ। ਕਹਿੰਦੇ ਰਾਕਸ਼ਾਂ 'ਚ ਦੁਆਇਤ ਹੋ ਸਕਦੀ ਆ, ਗੁਰੂਆਂ 'ਚ ਤਾਂ ਦੁਆਇਤ ਨਹੀਂ ਹੋਇਆ ਕਰਦੀ। ਬਾਹਰ ਗਿਆ ਸਤਸੰਗਤ ਜੀ, ਫੜ ਲਿਆ ਕੱਚ, ਬੋਟੀ ਬੋਟੀ ਕਰਤੀ ਰਾਕਸ਼ਾਂ ਨੇ, ਕੁੱਤਿਆਂ ਨੂੰ ਖਵਾਤਾ, ਗਿਰਜਾਂ ਨੂੰ ਖਵਾਤਾ, ਕਾਵਾਂ ਨੂੰ ਖਵਾਤਾ। ਗਾਈਆਂ ਸਾਰੀਆਂ ਘਰ ਆ ਗਈਆਂ, ਸ਼ਾਮ ਦਾ ਟਾਈਮ ਹੋ ਗਿਆ। ਦੇਵਜਾਨੀ ਕਹਿੰਦੀ, ਹੇ ਪਿਤਾ ਜੀ, ਭਰਾਤਾ ਕੱਚ ਜੀ ਨਹੀਂ ਆਏ। ਕਹਿਣ ਲੱਗਾ ਪੁੱਤਰੀ ਆ ਜਾਏਂਗੇ। ਜਦੋਂ ਹਨੇਰਾ ਹੀ ਹੋ ਗਿਆ, ਕਹਿਣ ਲੱਗੀ ਪਿਤਾ ਜੀ ਉਹ ਤਾਂ ਆਏ ਨਹੀਂ। ਅੱਛਾ ਪੁੱਤਰੀ, ਮੈਂ ਧਿਆਨ ਮੈਂ ਬੈਠ ਕੇ ਦੇਖਦਾ। ਉਸ ਵੇਲੇ ਸਤਸੰਗਤ ਜੀ, ਸ਼ੁਕਰਾਚਾਰਜ ਨੇ ਜਿਸ ਵੇਲੇ ਬਿਰਤੀ ਕਾਗਰ ਕੀਤੀ, ਕਹਿੰਦਾ ਹੋ ਪੁੱਤਰੀ, ਉਸ ਦਾ ਸਰੀਰ ਤੋਂ ਬੋਟੀ ਬੋਟੀ ਹੋ ਗਿਆ, ਔਰ ਕਾਕੋਂ ਔਰ ਗਿਰਜੋਂ ਕੀ ਚੁੰਝੋਂ ਮੈਂ ਚਲਾ ਗਿਆ। ਬਹੁਤ ਅਫਸੋਸ ਹੈ। ਉਸ ਵੇਲੇ ਸਤਸੰਗ ਜੀ ਦੇਵਜਾਨੀ ਕਹਿਣ ਲੱਗੀ, ਪਿਤਾ ਜੀ, ਦੇਵਤਿਆਂ ਦੇ ਬ੍ਰਹਸਪਤ ਦਾ ਲੜਕਾ ਸੀ, ਆਪਾਂ ਨੂੰ ਤਾਂ ਬੜਾ ਭਾਰੀ ਅਣਾਂਭਾ ਹੈ, ਕਲੰਕ ਹੈ, ਉਸ ਨੂੰ ਸੁਰਜੀਤ ਕਰੋ। ਲੜਕੀ ਦੇ ਕਹਿਣ ਤੋਂ ਸਤਸੰਗਤ ਜੀ ਐਸਾ ਸੰਜੀਵਨੀ ਮੰਤਰ ਦਾ ਉਹਨੇ ਰਟਨ ਕੀਤਾ, ਜਲ ਲੈ ਕੇ ਜਿੰਨੇ ਥਾਂ ਤੇ ਬੋਟੀਆਂ ਸਤਸੰਗ ਗਈਆਂ ਸੀ ਨਾ, ਗਿਰਜਾਂ ਤੇ ਕੁੱਤਿਆਂ ਤੇ ਕਾਵਾਂ ਦੇ ਢਿੱਡਾਂ 'ਚ ਸਾਰੀਆਂ ਗੁਲਚ ਦਿੱਤੀਆਂ ਉਹਨਾਂ ਨੇ। ਸਾਬਤ ਰੂਪ ਧਾਰ ਕੇ ਸਤਸੰਗ ਜੀ ਅੱਧੀ ਰਾਤੋਂ ਆ ਦਰਵਾਜ਼ਾ ਖੜਕਾਇਆ। ਕਹਿਣ ਲੱਗੇ ਪੁੱਤਰ ਆ ਗਿਆ। ਕਹਿਣ ਲੱਗੇ ਪਿਤਾ, ਗੁਰੂ ਜੀ ਤੁਹਾਡੀ ਕਿਰਪਾ ਕਰਕੇ, ਕਿਉਂ ਪਿਤਾ ਨਾਲੋਂ ਗੁਰੂ ਦੀ ਪਦਵੀ ਅਧਿਕ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰੂ ਮਹਾਰਾਜ ਜੀ ਆਪਣੇ ਪਿਤਾ ਨੇ, ਗੁਰੂ ਸਾਹਿਬ ਮਾਤਾ ਰੂਪ ਹਨ, ਇਹ ਮਾਤਾ ਪਿਤਾ ਆਪਾਂ ਨੂੰ ਜਨਮਦਾਤੇ ਹਨ, ਜੀਵਨਦਾਤੇ ਨਹੀਂ। ਜੀਵਨ ਆਪਾਂ ਨੂੰ ਲਾਇਕ ਬਣਾਵੇਗੀ, ਸੰਗਤ ਬਣਾਵੇਗੀ। ਇਹ ਮਾਤਾ ਪਿਤਾ ਸਾਡੇ ਇੱਥੇ ਪੂਰੀ ਰੱਖਿਆ ਨਹੀਂ ਕਰ ਸਕਦੇ, ਤੜਫੀ ਜਾਣਗੇ ਦੇਖ ਦੇਖ ਕੇ ਸਾਡੇ ਦੁੱਖ ਨੂੰ, ਲੇਕਿਨ ਗੁਰੂ ਸਾਡੇ ਸਤਸੰਗ ਦੇ ਦੁੱਖਾਂ ਨੂੰ ਖਿੱਚ ਲੈਂਦਾ ਹੈ, ਪਰਲੋਕ ਵੀ ਵਿੱਚ ਵੀ ਰਕਸ਼ਾ ਕਰਦਾ ਹੈ। ਉਸ ਵੇਲੇ ਸਤਸੰਗਤ ਜੀ ਕਹਿਣ ਲੱਗਾ, ਅੱਛਾ ਪੁੱਤਰ, ਜਦ ਦੱਸਿਆ ਕਿ ਮੈਨੂੰ ਰਾਕਸ਼ਾਂ ਨੇ ਇਸ ਤਰ੍ਹਾਂ ਮਾਰ ਦਿੱਤਾ,
ਰਾਕਸ਼ ਈਰਖਾ ਕਰਦੇ ਪੁੱਤਰ ਤੂੰ ਹੁਣ ਬਾਹਰ ਨਾ ਜਾਇਆ ਕਰ, ਘਰੇ ਹੀ ਜਿਹੜਾ ਕੰਮ ਹੁੰਦਾ ਕਰ ਲਿਆ ਕਰ, ਘਰੇ ਹੀ ਰਹਿਣ ਲੱਗ ਗਿਆ। ਜਦ ਨੂੰ ਸਤਸੰਗ ਜੀ ਕੁਝ ਦਿਨ ਲੰਘੇ ਸ਼ਿਵਰਾਤਰੀ ਆ ਗਈ, ਸ਼ਿਵਾਂ ਦਾ ਦਿਨ ਮਨਾਉਣਾ ਸੀ। ਜਦੋਂ ਸ਼ਿਵਰਾਤਰੀ ਆਈ ਫਲ ਫੁੱਲ ਚਾਹੀਦੇ ਸੀ ਸ਼ਿਵਾਂ ਦਾ ਪੂਜਨ ਕਰਨ ਵਾਸਤੇ। ਸ਼ੁਕਰਾਚਾਰਜ ਜੀ ਕਹਿਣ ਲੱਗੇ ਕੱਚ ਪੁੱਤਰ ਜਾ ਫੁਲਵਾੜੀਆਂ ਦੇ ਵਿੱਚੋਂ ਕੋਈ ਫੁੱਲ ਤੋੜ ਕੇ ਲਿਆ, ਅੱਕ ਦੇ ਫੁੱਲ ਤੇ ਧੂਰੇ ਦੇ ਫੁੱਲ ਇਹ ਪ੍ਰਵਾਨ ਨੇ ਸਤਸੰਗ ਜੀ ਸ਼ਿਵਾਂ ਦੇ ਮੰਦਰ ਦੇ ਉੱਤੇ। ਜਦੋਂ ਤੋੜਨ ਗਿਆ ਸਤਸੰਗ ਜੀ, ਛੁੱਟੀ ਵਾਲਾ ਦਿਨ ਸੀ ਸ਼ਿਵਰਾਤਰੀ ਵਾਲਾ, ਰਾਕਸ਼ ਵੀ ਨਹਾਤੇ ਧੋਤੇ ਮੌਜ ਨਾਲ ਪੀ ਫਿਰਦੇ ਸੀ ਬਗੀਚੀਆਂ ਦੇ ਵਿੱਚ ਜਿਵੇਂ ਪਾਰਕਾਂ 'ਚ ਫਿਰਦੇ ਆ ਲੋਕ। ਕਹਿੰਦੇ ਉਹ ਅੱਜ ਉਹ ਆ ਗਿਆ ਜਿਹਨੇ ਉਹ ਤਾਂ ਆਪਾਂ ਵੱਢਿਆ ਸੀ, ਇਹ ਕਿੱਥੋਂ ਫੜੋ ਫੜੋ ਇਸ ਨੂੰ। ਫਿਰ ਫੜ ਲਿਆ ਖਾਲਸਾ ਜੀ, ਫੜ ਕੇ ਕਹਿੰਦੇ ਹੁਣ ਅੱਜ ਪੁਰਬ ਵਾਲਾ ਦਿਨ ਹੈ, ਪੁੱਠਾ ਲਟਕਾ ਕੇ ਇਹਦੀ ਮਮਿਆਈ ਕੱਢੋ, ਪਹਿਲੇ ਤੋੜ ਦੀ ਸ਼ਰਾਬ ਬਣਾਈ ਆ। ਪੁੱਠਾ ਕਰਕੇ ਸਤਸੰਗ ਜੀ ਫੂਸਲ ਫਾਸਲ ਹੱਡੀਆਂ ਹੁੱਡੀਆਂ ਸਿੜ ਦਿੱਤੀਆਂ, ਇਹਦੀ ਸਤਸੰਗ ਜੀ ਸ਼ਰਾਬ ਕੱਢ ਕੇ ਨਾ ਪਾ ਕੇ ਪਾਤਰ 'ਚ ਕਹਿੰਦੇ ਫਿਰ ਵਧੀਆ ਚੀਜ਼ ਤਾਂ ਗੁਰੂ ਨੂੰ ਪਿਆਈ ਦੀ ਹੈ, ਲਿਆ ਕੇ ਸ਼ੁਕਰਾਚਾਰਜ ਨੂੰ ਪਿਆ। ਜਦੋਂ ਪਿਆਈ ਸਤਸੰਗਤ ਜੀ, ਹੁਣ ਕੀ ਆਉਣਾ ਸੀ, ਸ਼ਿਵਾਂ ਦੀ ਪੂਜਾ ਹੋ ਗਈ, ਸ਼ਿਵਰਾਤਰੀ ਦਾ ਪੁਰਬ ਲੰਘ ਚੱਲਿਆ, ਅੱਧੀ ਰਾਤ ਟੱਪ ਗਈ। ਦੇਵਜਾਨੀ ਕਹਿਣ ਲੱਗੀ ਪਿਤਾ ਜੀ ਕੱਚ ਜੀ ਤੋਂ ਆਏ ਨਹੀਂ, ਪੂਜਾ ਕਾ ਵੀ ਸਮਾਂ ਵੀ ਲੰਘ ਗਿਆ, ਪੂਜਾ ਹੋ ਗਈ ਸ਼ੰਕਰ ਜੀ ਕੀ। ਉਸ ਵੇਲੇ ਕਹਿਣ ਲੱਗਾ ਅੱਛਾ ਪੁੱਤਰੀ ਮੈਂ ਧਿਆਨ ਮੈਂ ਦ੍ਰਿਸ਼ਟੀ ਲਾ ਕਰ ਦੇਖਦਾ। ਜਦੋਂ ਸਤਸੰਗਤ ਜੀ ਧਿਆਨ ਪਰਾਇਣ ਹੋਇਆ ਕਹਿੰਦਾ ਹੋ ਪੁੱਤਰੀ ਵੋ ਤੋ ਹਮਾਰੇ ਪੇਟ ਮੇਂ ਆ ਗਿਆ। ਹੁਣ ਸਤਸੰਗਤ ਜੀ ਮਾਮਾ ਤੋਂ ਬੱਚਿਆਂ ਨੂੰ ਜਨਮ ਦਿੰਦਿਆਂ ਦੇਖੀਆਂ, ਪਿਤਾ ਤਾਂ ਇੰਨਾ ਜਨਮ ਦਿੰਦਾ। ਕਹਿਣ ਲੱਗੀ ਪਿਤਾ ਜੀ ਹਮ ਤੋ ਕਲੰਕ ਤੇ ਹੋ ਜਾਏਗੇ, ਦੇਵਤਿਆਂ ਕਾ ਲੜਕਾ ਹੈ, ਇਸਕੋ ਸੁਰਜੀਤ ਕਰੋ। ਕਹਿਣ ਲੱਗਾ ਪੁੱਤਰੀ ਸੁਰਜੀਤ ਤਾਂ ਹੋ ਜਾਊ, ਜਾਂ ਕੱਚ ਹੀ ਰਹੇਗਾ ਸੰਸਾਰ ਮੈਂ ਜਾਂ ਮੈਂ ਹੀ ਰਹੂੰਗਾ, ਇੱਕ ਹੀ ਮ੍ਰਿਤੂ ਅਵਸ਼ ਹੈ। ਉਸ ਵੇਲੇ ਸਤਸੰਗਤ ਜੀ ਇਸ ਨੇ ਆਪਣੀ ਪੁੱਤਰੀ ਦੇ ਕਹਿਣ ਤੋਂ ਸ਼ੁਕਰਾਚਾਰਜ ਨੇ ਸੰਜੀਵਨੀ ਮੰਤਰ ਪੜ੍ਹਿਆ, ਪੇਟ ਦੇ ਵਿੱਚ ਸੁਰਜੀਤ ਕੀਤਾ ਇਸ ਨੇ। ਹਾ ਕੁਮਾਰੀ ਪੁੱਤਰ ਕੱਚ, ਹਾਂ ਪਿਤਾ ਜੀ ਗੁਰੂ ਜੀ ਆਓ, ਹਨੇਰਾ ਹੀ ਹਨੇਰਾ ਕਹਾਂ ਸੇ ਆਏ, ਕੋਈ ਦਰਵਾਜ਼ਾ ਨਹੀਂ ਨਜ਼ਰ ਆ ਰਿਹਾ, ਕਿੱਥੋਂ ਆਉਣਾ ਸੀ ਜਨਮ ਸਤਸੰਗ ਜੀ ਕਿੱਥੋਂ ਲੈਣਾ ਸੀ। ਉਸ ਵੇਲੇ ਸ਼ੁਕਰਾਚਾਰਜ ਨੇ ਆਪਣੀ ਪੁੱਤਰੀ ਨੂੰ ਕਿਹਾ ਹੇ ਪੁੱਤਰੀ ਮੈਂ ਵਰਦਾਨ ਦਿੰਦਾ ਕੱਚ ਨੂੰ, ਇਹਨੂੰ ਸੰਜੀਵਨੀ ਮੰਤਰ ਆ ਜਾਵੇ, ਜਿੱਥੇ ਵੀ ਪੜ੍ਹੇਗਾ ਇਹ ਉਸ ਨੂੰ ਜਿਉਂਦਾ ਕਰ ਸਕੇਗਾ, ਇਹਦੇ ਨੂੰ ਮੈਂ ਇਹਨੂੰ ਆਸ਼ੀਰਵਾਦ ਦੇ ਚੁੱਕਿਆ। ਹੁਣ ਤੂੰ ਇਉਂ ਕਰ ਲੈ ਕੇ ਤਿੱਖਾ ਸ਼ਸਤਰ, ਮੈਂ ਪਹਿਨਾ ਮੇਰੇ ਪੇਟ ਚਾਕ ਕਰਕੇ ਇਹਨੂੰ ਕੱਢ, ਪੇਟ ਚਾਕ ਕਰਕੇ ਕੱਢਿਆ, ਨਾਲੇ ਕਹਿ ਦਿੱਤਾ ਕਿ ਮੇਰੀ ਮ੍ਰਿਤੂ ਵਸ਼ ਹੈ, ਮੌਤ ਪ੍ਰਵਾਨ ਹੈ ਲੇਕਿਨ ਕਲੰਕ ਪ੍ਰਵਾਨ ਨਹੀਂ। ਦੇਖੋ ਸਤਿਯੁਗ ਦੇ ਬੰਦੇ ਇਹ ਜੇ ਉੱਜਣ ਸੀ ਕਿ ਦੇਵਤਿਆਂ ਦਾ ਲੜਕਾ ਹੈ, ਸਾਡੇ ਘਰ ਆ ਕੇ ਮਰ ਜਾਵੇ ਕਲੰਕ ਤਾਂ ਅਸੀਂ, ਕਲੰਕ ਨਾ ਲੱਗ ਜਾਵੇ ਮੌਤ ਆ ਜਾਵੇ ਤਾਂ ਆ ਜਾਵੇ। ਨਾਲ ਹੀ ਕਹਿ ਤਾਂ ਸ਼ੁਕਰਾਚਾਰਜ ਨੇ ਕਿ ਹੇ ਪੁੱਤਰੀ ਜੇ ਤਾਂ ਮੇਰੇ ਤੇ ਗੁਰੂ ਭਾਵਨਾ ਕਰੇਗਾ ਕੱਚ, ਫਿਰ ਤਾਂ ਮੈਨੂੰ ਸੁਰਜੀਤ ਕਰ ਲਵੇਗਾ ਮੰਤਰ ਪੜ੍ਹ ਕੇ। ਜੇ ਉਸ ਨੇ ਕਿਹਾ ਵੀ ਰਾਕਸ਼ਾਂ ਦਾ ਗੁਰੂ ਹੈ, ਚਲੋ ਚੱਲਦਾ ਮੈਂ ਤਾਂ ਸਵਰਗ ਨੂੰ, ਚੰਗਾ ਹੋ ਗਿਆ ਮਰ ਗਿਆ, ਫਿਰ ਮੇਰੀ ਮੌਤ ਹੀ ਹੈ। ਫਿਰ ਵੀ ਸਤਸੰਗ ਜੀ ਦੇਵਤਿਆਂ ਦਾ ਪੁੱਤਰ ਸੀ, ਦੇਵਤਿਆਂ ਦੇ ਗੁਰੂ ਦਾ, ਬਹੁਤ ਹੀ ਉੱਜਲ ਬਿਰਤੀ ਸੀ। ਜਿਸ ਵੇਲੇ ਬਾਹਰ ਆਇਆ ਪੇਟ 'ਚੋਂ, ਪੇਟ ਚਾਕ ਕੀਤਾ ਤੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਵਰਦਾਨ ਤੋਂ ਮਿਲਿਆ ਸੀ ਸੰਜੀਵਨੀ ਮੰਤਰ ਦਾ, ਮਨ ਵਿੱਚ ਬਰਾਗ ਜਾਗਿਆ ਮਨ ਆ ਸੰਜੀਵਨੀ ਮੰਤਰ ਸਿੱਖਣ ਪਿੱਛੇ ਦੋ ਗਏ ਮੇਰੀ ਮੌਤ ਹੋ ਚੁੱਕੀ ਹੈ, ਇਦੋਂ ਵੱਡਾ ਹੋਰ ਕਸ਼ਟ ਕੀ ਹੋਵੇਗਾ। ਬਰਾਗ ਧਾਰ ਕੇ ਸਤਸੰਗਤ ਜੀ ਲੈ ਕੇ ਜਲ ਪੜ੍ਹ ਕੇ ਸੰਜੀਵਨੀ ਮੰਤਰ ਆਪਣੇ ਗੁਰੂ ਨੂੰ ਸੁਰਜੀਤ ਕਰ ਦਿੱਤਾ ਸ਼ੁਕਰਾਚਾਰਜ, ਸੁਰਜੀਤ ਕਰਕੇ ਨਾਲ ਹੀ ਬੇਨਤੀ ਕਰ ਦਿੱਤੀ ਹੇ ਗੁਰੂ ਜੀ ਇਹ ਜਿਹੜਾ ਮੰਤਰ ਤੁਸੀਂ ਸਿਖਾਇਆ ਇਹਨੂੰ ਵਾਪਸ ਲੈ ਲਓ, ਇਹ ਨਹੀਂ ਮੈਂ ਰੱਖਣਾ। ਸੋ ਸਤਸੰਗਤ ਜੀ ਆਪ ਲਿਆ ਸੋ ਦੁੱਧ ਬਰਾਬਰ, ਮਾਂਗ ਲਿਆ ਸੋ ਪਾਣੀ, ਝਗੜ ਲਿਆ ਸੋ ਰਕਤ ਬਰਾਬਰ, ਕਹੋ ਨਾਨਕ ਨਿਰਵਾਣੀ। ਆਪ ਕੋਈ ਮਾਂ ਬਾਪ ਚਾਹ ਨਾ ਖੁਸ਼ ਹੋ ਕੇ ਬੱਚੇ ਨੂੰ ਚੀਜ਼ ਦੇਣ, ਉਹ ਦੁੱਧ ਵਰਗੀ ਹੁੰਦੀ, ਮੰਗ ਕੇ ਲਈਏ ਹੌਲੇ ਜੇ ਹੋ ਜਾਈਦਾ ਪਾਣੀ ਮੰਗ, ਝਗੜ ਕੇ ਤਾਂ ਅਗਲੇ ਦਾ ਖੂਨ ਨਿਚੋੜਨਾ ਹੀ ਹੈ ਜੇ ਕਿਸੇ ਕੋਲੋਂ ਖੋਣੀ ਹੈ। ਅੱਜ ਗੁਰੂ ਦੇ ਰਿਹਾ ਹੇ ਪੁੱਤਰ ਸੰਜੀਵਨੀ ਮੰਤਰ, ਤੈਨੂੰ ਵਰਦਾਨ ਦਿੱਤਾ ਰੱਖ। ਲੇਕਿਨ ਕੱਚ ਕੀ ਕਹਿ ਰਿਹਾ,
हे गुरु जी इन्हू वापस ले लो, मेरा रोम रोम खड़खड़ा हुंदा है, दो गिर मेरी मौत हो चुकी है इस मंत्र पिछे, मैं की करना है, मैनू मंत्र की लोड़ नहीं, मैनू छुट्टी दे दो। उस वेले सतसंगत जी मंत्र का त्याग करके मत्था टेक के कच्छ देवलोक नू चलिया गया सी। ये प्रसंग गुरु गोबिंद सिंह साहब जी ने दसवें गुरु ग्रंथ साहब के अंदर है। ये ना समझ लेना बहुत सारे, देखो जी ये तो सनातन ग्रंथा दे अख्याण सुनाई जाते, ये अद्धे झूठे मिथिहास है जी, यह जे मन हरामी हो जिता ढेर, इन्हिया सतनी बातों करके कंडे बीज लैने, ना आप नू शांति भजन सिमरन वालों नू, ना दूजे धर्म वालों नू शांति आने देनी, ये कोई सियाणप नहीं। खालसा सारे ने मिलया भी होया और सारे तो न्यारा भी है खालसा। तो सतसंगत जी खोटे कोले रहे ना रुपया खरा ता ओदी कदर है, जे खोटे कोले ना रहू तो ओदी कदर ही नहीं है। उज्जल वस्त्र की कदर मैलिया कोले ही है, जे मैले वस्त्र ही तो उज्जल नू उज्जल कौन कहेगा। इस करके खालसा जी संसार दे अंदर जो कमल रहे बिच पानी है, गुरबाणी के आसरे खालसे ने धर्मी रहना है, सारिया का भला लोचना है, द्वैत नहीं हिरदे च रखनी और अपनी जिंदगी सत्संग जी धर्म के लैन से ला के सफल करनी है, ये गुरु की सिक्ख्या है। सो अज सतसंग जी ये राक्षा च संजीवनी मंत्र की शक्ति है, रक्त बीज होनी सूरमे ने द्वारा प्रगट हो ही जाते ने, इधर सतसंग जी दुष्ट दमन जी जंग करी जाते ने, हजारा साल बतीत गए जंग करते हैं, ये थकी हुई प्रगट हुई द्वारा चंडी राम करके नाल ए काली है, निकली मत्था फोड़ के सतसंग जी तादक चंडी की बात चंडी चरित्रां दे विच भी आउंदा, अपने मस्तक दे विचों वीर रसी सतसंग जी बिरती द्वारा इहनू काली नू प्रगट करके चंडी इहदी ड्यूटी ला दित्ती कि हुण खून की बूंद थले ना डिगण डिग पवे, वाह पी तुरी चलनी, यही जी शक्ति काली प्रगट कीती सतसंग जी। उस वेले दोनों जनियां राक्ष राक्षसां नूं वढ़न लग गईआं, कटक खपाए जिन्नी कटक फौज सी ना सतसंग जी राक्षसां दी लग गईआं, खपौण कलकारियां मारदी आ, खून पी पी के रजदी नहीं काली, हिम कर जतन अनेक विजन के इउं अनेकां जुगतियां दे नाल जतन करके, सब दैतन दल की निशान सारे दैंतां दा सतसंग जी दिना दल सी सारा खत्म कर दिता, अपराजता भगवती भीमा अपराजता जिहड़ी होरां करके जित्ती नहीं जांदी, भवानी सतसंग जी संसार विच सारे प्रगट है, इसे तरह भीमा भयानक रूप भी धारण वाली है, भद्रा कल्याण करने वाली भी है, अबे बह अबे पहरा जान भय नाश करने वाली अपने सेवकां दे भय नु नाश कर दी आप अभय है, परम प्रसिद्धत उत्फल नैयां परम प्रसिद्धत उत्फल नैयां। उस वेले सतसंग जी बहुत खुश होई, नेत्र कवल मांगू खिड़े हुए हन चंडी दे, जन अरबिंद भोर पिकपान जिवें सूरज नूं सवेर दे नूं देख के खालसा जी कवल खिड़दे आ ना, ऐ नेत्र खिड़े इस दे चंडी दे, असर असंखां ते कर पराक्रम असंखां दैंतां नूं उद्दम करके, विजय लई रिप सब शैमान सारे सतसंग जी दैंत मार दिते जित प्राप्त कर लई, दोरा ओ देवो तुम सब लखो ए ब्रह्मा दस रहा है, देवते घबराए हुए सी ना कि कौन तप कर रहा, जो दुष्ट दमन रूप चाप जी ने हेमकुंड ते तप कीता है, ओ तप दा तेज प्रताप बकुंठ धाम तक इसे तरह सतसंग जी स्वर्ग तक ब्रह्म लोक तक पहुंचया, ओ तेप तज जेड़ा बड़ा तप सी ना ओ तो घबराए हुए देवते ब्रह्मा जी तो आके पुछया, ब्रह्मा ने सारा अख्यान सतसंग जी भेत दसिया कि चिंता ना करो, ये हरनाक्ष वर्गा कोई राक्ष नहीं तप कर रहा, ये ओ तपस्सी है जिहड़ा सतयुग दे समय तो तप कर रहा है, जता भगवती जीत जिवें भगवती दी जित कराई मदद कीती चंडी दी दुष्ट दमन ने, उन्हें पुरख को पेख कर जदों सतसंग जी जित प्राप्त होगी शमन हो गए सारे राक्ष, फिर पूर्ण पुरख सतसंग जी कौन ने, गुरु गोबिंद सिंह साहिब दुष्ट दमन जी ने, इन्हां वल नूं देखिया खड़े ने अंग अंग सतसंग जी, देख लो छिलिया पिया शस्त्रां दे नाल, आप जी निरभय होके खड़े ने,
ਦੇਖਿਆ ਚੰਡੀ ਨੇ ਪਰਮ ਪ੍ਰਸਿੱਧਤ ਚੀਤ, ਬਹੁਤ ਹੀ ਖੁਸ਼ ਹੋਈ, ਹਿਰਦੇ ਚ ਵੀ ਮੇਰੀ ਮਦਦ ਕੀਤੀ ਹੈ ਇਹਨਾਂ ਨੇ। ਛੰਦ ਹੇ ਤਪਸੀ ਕੇ ਤਪ ਪਰਸੋਤਮ, ਕੀ ਕਹਿਣ ਲੱਗੀ ਚੰਡੀ, ਹੇ ਸਮੁੰਦਰ ਕੀ ਤਪੱਸੀ ਦੇ ਤਪ ਦਾ ਰੂਪ ਧਾਰਨ ਵਾਲੇ ਉੱਤਮ ਪੁਰਸ਼ ਦੁਸ਼ਟ ਦਮਨ, ਅਵਨਾਸੀ ਕੀ ਅੰਸ ਸਮੇਤ, ਤੁਸੀਂ ਕੌਣ ਹੋ? ਅਵਨਾਸੀ ਦੀ ਅੰਸ ਸਮੇਤ ਹੋ। ਅਵਨਾਸੀ ਕੌਣ ਹੈ? ਖਾਲਸਾ ਜੀ ਨਾਸ ਤੋਂ ਰਹਿਤ ਪ੍ਰਮ ਪਰਮੇਸ਼ਵਰ, ਪਰਮੇਸ਼ਰ ਦੀ ਅੰਸ ਹੋ ਤੁਸੀਂ। ਕਰ ਪਰਾਕਰਮ ਰਿਪ ਘਾਤ ਪਾਤੇ, ਤੇ ਤੁਸੀਂ ਉੱਦਮ ਕਰਕੇ ਜ਼ਖਮ ਪਾ ਪਾ ਕੇ ਇਸ ਧਰਤੀ ਤੇ ਲਟਾ ਕੇ ਰੱਖ ਦਿੱਤੇ ਰਾਕਸ਼ ਜਿਹੜੇ ਮੈਨੂੰ ਤੰਗ ਕਰਦੇ ਸੀ। ਚੰਡੀ ਲੱਗੀ ਕਹਿਣ, ਅਨਗਨ ਪਰੇ ਅਯੋਧਨ ਖੇਤ, ਜੰਗ ਭੂਮਿਕਾ ਵਿੱਚ ਅਨੇਕਾਂ ਪਏ ਨੇ ਢੇਰਾਂ ਦੇ ਢੇਰ ਰਾਕਸ਼ ਮਰੇ। ਧਾਰਨ ਦੁਸੇ ਮਚਾਇਓ ਸੰਘਰ, ਬੜਾ ਨਾ ਸਹਾਰਿਆ ਜਾਣ ਵਾਲਾ ਭਿਆਨਕ ਤੁਸੀਂ ਜੰਗ ਰਚਿਆ ਹੈ ਇਹ ਦੁਸ਼ਟ ਦਮਨ ਜੀ। ਸੰਤ ਗਰਜਨਾ ਦੁਸ਼ਟ ਅਚੇਤ, ਤੁਹਾਡੀ ਗਰਜਨਾ ਨੂੰ ਜਕਾਰੇ ਨੂੰ ਸੁਣ ਸੁਣ ਕੇ ਜਿਹੜੇ ਦੁਸ਼ਟ ਪਾਪੀ ਸੀ ਘਬਰਾ ਜਾਂਦੇ ਸੀ। ਪਏ ਅਧੀਰ ਭੀਰਤਾ ਧਰਕੇ, ਕੈਰਤਾਈ ਧਾਰ ਕੇ ਧੀਰਜ ਛੱਡ ਦਿੱਤਾ ਰਾਕਸ਼ਾਂ ਨੇ। ਰਹੇ ਸਮੁਖ ਗਏ ਮ੍ਰਿਤੂ ਨਿਕੇਤ, ਜਿਹੜੇ ਨੱਠ ਕੇ ਕੈਰ ਹੋ ਕੇ ਉਹ ਬਚ ਰਹੇ, ਜਿਹੜੇ ਸਾਹਮਣੇ ਆਏ ਮੌਤ ਦੇ ਮੂੰਹ ਚ ਉਪੜਾ ਦਿੱਤੇ ਤੁਸੀਂ। ਕੀਨਸ ਬਹੁਸ ਹੈ ਤਾ ਮੇਰੀ, ਚੰਡੀ ਕਹਿਣ ਲੱਗੀ ਬੜੀ ਕਿਰਪਾ ਕੀਤੀ ਹੈ ਦੁਸ਼ਟ ਦਮਨ ਜੀ, ਤੁਸੀਂ ਮੇਰੀ ਸਹਾਇਤਾ ਕੀਤੀ ਹੈ। ਹੱਥ ਕੇ ਦੈਤ ਭੀਮ ਸਮਦਾਏ, ਹੱਥ ਕੇ ਦੈਤ ਭੀਮ ਸਮਦਾਏ, ਸਾਰੇ ਭਿਆਨਕ ਤੋਂ ਭਿਆਨਕ ਕਾਲੇ ਰੂਪਾਂ ਵਾਲੇ ਦੈਂਤ ਸੀ, ਸਾਰਿਆਂ ਨੂੰ ਤੁਸੀਂ ਮਾਰ ਕੇ ਮੇਰੀ ਸਹਾਇਤਾ ਕੀਤੀ। ਇੱਕ ਵੇਰ ਤੁਮ ਮੋਹੇ ਬੁਲਾਵੋ, ਇੱਕ ਵੇਰੀ ਫੇਰ ਕਿਤੇ ਜਦੋਂ ਤੁਸੀਂ ਅਵਤਾਰ ਧਾਰੋਗੇ ਮੈਨੂੰ ਜ਼ਰੂਰ ਬੁਲਾਇਓ। ਤਬ ਆਵੋਗੀ ਮੈਂ ਹਰ ਖਾਏ, ਮੈਂ ਬਹੁਤ ਤੁਹਾਡਾ ਰਿਣ ਉਤਾਰ ਨਹੀਂ ਸਕਦੀ, ਮੈਂ ਜ਼ਰੂਰ ਆਊਂਗੀ। ਅੱਜ ਸਤ ਸੰਗਤ ਜੀ, ਨੈਣਾ ਦੇਵੀ ਦੇ ਟਿੱਲੇ ਤੇ ਜਦੋਂ ਮਹਾਰਾਜ ਜੀ ਨੇ ਹਵਨ ਕੀਤਾ ਹੈ, ਆਪਸ ਵਿੱਚ ਹੀ ਪੱਖਪਾਤ ਕਰਕੇ ਆਪਾਂ ਕੋਈ ਝਗੜਦੇ ਰਹਿੰਦੇ ਹਾਂ, ਉਹ ਕਹਿੰਦੇ ਨਹੀਂ ਦੇਵੀ ਪ੍ਰਗਟ ਕੀਤੀ, ਉਹ ਕਹਿੰਦਾ ਕੀਤੀ ਹੈ, ਇਹੋ ਜਿਹੀਆਂ ਬਾਤਾਂ 'ਚ ਝਗੜਿਆਂ 'ਚ ਕੁਛ ਨਹੀਂ ਲੱਭਦਾ। ਖਾਲਸਾ ਜੀ, ਜਦੋਂ ਝਗੜਾਂਗੇ ਦੋਨਾਂ ਧਿਰਾਂ ਦੇ ਖੂਨ ਸੁੱਕਦੇ। ਸੋ ਅੱਜ ਦੇਵੀ ਸਤਸੰਗ ਜੀ ਕਹਿ ਰਹੀ ਹੈ ਸਤਯੁਗ ਦਾ ਸਮਾਂ ਜਦੋਂ ਦਾ ਇਹ ਜੰਗ ਦਾ ਵਰਣਨ ਹੈ, ਕਹਿਣ ਲੱਗੀ ਅਗਲੇ ਜਾਮੇ 'ਚ ਮੈਨੂੰ ਜ਼ਰੂਰ ਚੇਤੇ ਕਰਿਓ। ਸੋ ਸਤਸੰਗਤ ਜੀ, ਜੇ ਕੋਈ ਆਪਾਂ ਨੂੰ ਆਪ ਘਰ ਆ ਕੇ ਕਹਿ ਜਾਵੇ ਵੀ ਜਦੋਂ ਕਿਤੇ ਸਮਾਂ ਬਣੇ ਤਾਂ ਮੈਨੂੰ ਜ਼ਰੂਰ ਚੇਤੇ ਕਰੋ, ਕੀ ਉਹ ਸਤਸੰਗ ਜੀ ਅਰਾਧਨਾ ਹੈ ਉਸ ਨੂੰ? ਅੱਜ ਚੰਡੀ ਆਪ ਕਹਿ ਰਹੀ ਹੈ ਕਿ ਭਵਿੱਖ ਦੇ ਸਮੇਂ 'ਚ ਮੈਨੂੰ ਫੇਰ ਕਿਤੇ ਜ਼ਰੂਰ ਬੁਲਾਇਓ। ਮੇਰੀ ਬਹੁ ਪ੍ਰਸੰਨਤਾ ਤੋਂ ਪਰ, ਇਸ ਵੇਲੇ ਮੈਂ ਤੁਹਾਡੇ ਤੇ ਬਹੁਤ ਪ੍ਰਸੰਨ ਹਾਂ, ਜੇ ਰੱਖਿਆ ਮੇਰੀ ਕਰ ਸਕੇ ਤਾਂ ਤੁਸੀਂ ਵੀ ਕਰ ਸਕੇ, ਹੋਰ ਮੈਨੂੰ ਕੋਈ ਆਸਰਾ ਨਹੀਂ ਸੀ। ਤੁਹਾਡੇ ਪਿਤਾ ਸਮੁੰਦਰ ਜੀ ਦੇ ਕੋਲੇ ਜਾ ਕੇ ਮੈਂ ਸ਼ਰਨ ਲਈ, ਤੁਸੀਂ ਉਹਦੇ ਪੁੱਤਰ ਹੋ, ਤੁਸੀਂ ਨਿਰਭੈ ਹੋ ਕਰਕੇ ਸਾਰੇ ਰਾਕਸ਼ ਜਿਹੜੇ ਮੈਨੂੰ ਦੁੱਖ ਰੂਪ, ਮੈਂ ਜ਼ਿੰਮੇਵਾਰੀ ਲੈ ਲਈ ਸੀ ਦੇਵਤਿਆਂ ਨੂੰ ਕਹਿ ਕੇ ਵੀ ਚਿੰਤਾ ਨਾ ਕਰੋ ਮੈਂ ਰਾਕਸ਼ਾਂ ਨੂੰ ਮਾਰਾਂਗੀ, ਮੈਂ ਫੇਲ ਹੋ ਜਾਣਾ ਸੀ, ਮਾਰੇ ਨਹੀਂ ਸੀ ਜਾਣੇ, ਵਾਅਦੇ ਪੂਰਾ ਨਹੀਂ ਸੀ ਮਾਂ ਵਾਅਦੇ 'ਤੇ ਉਤਰ ਸਕਣਾ, ਅੱਜ ਦੁਸ਼ਟ ਦਮਨ ਜੀ ਤੁਹਾਡੀ ਕਿਰਪਾ ਕਰਕੇ ਮੈਂ ਦੇਵਤਿਆਂ ਨਾਲ ਜਿਹੜਾ ਵਾਅਦਾ ਪੂਰਾ ਕੀਤਾ ਇਹ ਤੁਹਾਡੀ ਹੀ ਕਿਰਪਾ ਹੈ। ਪਰਨ ਬ੍ਰਹੋ ਲਿਹੋ ਜਿਮ ਉਰ ਆਏ, ਮੈਂ ਤੁਹਾਡੀ ਮਾਂ ਤੁਲ ਹਾਂ, ਕਿਰਪਾ ਕਰੋ ਵਰੰ ਗੁਰੂ ਮੇਰੇ ਕੋਲੋਂ ਕੋਈ ਵਰ ਮੰਗ ਲਓ। ਅਬ ਸਰੀਰ ਜੋ ਧਾਰਨ ਕੀਨੋ, ਜਿਹੜਾ ਹੁਣ ਤੁਸੀਂ ਸਰੀਰ ਧਾਰਨਾ ਕੀਤਾ ਹੈ, ਚਿਰਨਜੀਵ ਹੋਵੋ ਸੁਖ ਪਾਏ, ਮੈਂ ਆਪਣੀ ਪ੍ਰਸੰਨਤਾ ਨਾਲ ਤੁਹਾਨੂੰ ਕਹਿੰਦੀ ਹੈ ਚਿਰਨਜੀਵੀ ਹੋਵੋ, ਤੁਹਾਡੀ ਆਜੂ ਬਹੁਤ ਵਧੀ ਹੋ ਵਧੇ ਔਰ ਸੁਖ ਪਾਵੋ। ਕਿਹੜੀ ਮਾਂ ਨੀ ਸਤਸੰਗਤ ਜੀ ਆਸ਼ੀਰਵਾਦ ਦਿੰਦੀ? ਜੇ ਗੁਰੂ ਸਾਹਿਬ ਨੂੰ ਸਤਸੰਗ ਜੀ ਆਪਾਂ ਪੂਜਦੇ ਹਾਂ, ਜੇ ਕਿਸੇ ਨੇ ਮਾਂ ਦੇ ਚਰਨੀ ਹੱਥ ਲਾ ਤਾਂ ਕੀ ਦੇਵੀ ਪੂਜ ਲਈ? ਕੀ ਉਹ ਖਾਲਸੇ ਨੂੰ ਆਪਾਂ ਤਨਖਾਹੀਆਂ ਠਹਿਰਾਵਾਂਗੇ, ਤੂੰ ਮਾਂ ਦੇ ਪੈਰੀ ਕਿਉਂ ਹੱਥ ਲਾਇਆ? ਸੋ ਖਾਲਸਾ ਜੀ ਕੁਝ ਸੋਚਣਾ ਚਾਹੀਏ। ਸੋ ਇਹ ਚੰਡੀ ਨੇ ਸਤਸੰਗਤ ਜੀ ਉਸ ਵੇਲੇ ਕਿਹਾ, ਮੈਂ ਤੁਹਾਨੂੰ ਵਰ ਦਿੰਦੀ ਹਾਂ, ਤੁਸੀਂ ਸੁਪੁੱਤਰ ਰੂਪ ਹੋ ਕਰਕੇ ਸੋਭ ਰਹੇ ਹੋ, ਅੱਜ ਲਿਖੀ ਦੇ ਤੁਸੀਂ ਚਿਰਜੀਵੀ ਹੋ, ਦੀਰਘ ਆਜੂ ਹੋਵੇਗੀ, ਨਾਲੇ ਸੁਖ ਪਾਓਗੇ। ਜਦਾ ਚਾਹੋ ਚਿਤ ਤਦਾ ਤਿਆਗੋ, ਤੁਹਾਡੇ ਸਵਾਇ ਇੱਛਾ ਰਹੀ ਤੁਹਾਡੀ ਕਾਰਨ ਹੀ ਤੁਹਾਡੇ ਕੋਲੇ ਨੇੜੇ ਆਵੇਗਾ, ਜਦੋਂ ਤੁਹਾਡੀ ਇੱਛਾ ਹੋਊ ਸਰੀਰ ਤਿਆਗੋਗੇ
ਨਹੀਂ ਤਿਆਗਣਾ ਤਾਂ ਉਵੇਂ ਜਿਵੇਂ ਰਹੋਗੇ। ਲੱਖੋਂ ਸੰਵਤ ਜਰਾ ਨਾ ਆਏ, ਲੱਖਾਂ ਸਾਲ ਬਤੀਤ ਜਾਂ ਹੋ ਜਾਣਗੇ, ਬੁਢੇਪਾ ਵੀ ਤੁਹਾਡੇ ਨੇੜੇ ਨਹੀਂ ਆਵੇਗਾ। ਤਪਨ ਤਪੋ ਅਤ ਉਗਰ ਤੇਜ ਹੋਏ, ਬੜਾ ਭਾਰੀ ਤੁਹਾਡਾ ਤੇਜ ਪ੍ਰਤਾਪ ਵਧੇਗਾ। ਜਿੰਨੇ ਤਪ ਨੂੰ ਤਪਾਵੋਗੇ ਓਨਾ ਹੀ ਤੁਸੀਂ ਬਲ ਵਾਲੇ ਬਣੋਗੇ ਸ਼ਕਤੀਆਂ ਦੇ ਸਹਿਤ। ਦੁਸ਼ਟ ਦਮਨ ਨਿਜ ਨਾਮ ਧਰਾਏ, ਉਸ ਵੇਲੇ ਦੁਸ਼ਟ ਦੁਸ਼ਟਾਂ ਨੂੰ ਦਮਨ ਦਬਾਇਆ ਹੈ ਨਾ ਰਾਕਸ਼ਾਂ ਨੂੰ, ਤਾਂ ਦੁਸ਼ਟ ਦਮਨ ਨਾਮ ਰਖਾਇਆ ਹੈ। ਸੰਗਤ ਬਣੇ ਅਸੰਖ ਅਨੇਕ ਥਲ, ਅਗਲੇ ਜਾਮੇ ਵਿੱਚ ਤੁਹਾਡੀ ਅਨੇਕਾਂ ਥਾਵਾਂ ਤੇ ਸੰਗਤਾਂ ਬਣਨ ਗਈਆਂ। ਅੱਜ ਖਾਲਸਾ ਜੀ ਕਲਯੁਗ ਸੰਗਤਾਂ ਜਿੱਥੇ ਨੇ, ਗੁਰੂ ਨਾਨਕ ਦੇਵ ਜੀ ਫੁਲਵਾੜੀ ਸੰਗਤਾਂ ਇਹ ਕਿਹਦੀਆਂ ਨੇ, ਇਹ ਦੁਸ਼ਟ ਦਮਨ ਦੀਆਂ ਸੰਗਤਾਂ ਹਨ। ਮਮ ਸਰੂਪ ਹੀ ਹੈ ਜਿਸ ਪਾਏ, ਜਿਸ ਪ੍ਰਕਾਰ ਮੇਰਾ ਸਰੂਪ ਹੈ ਇਸੇ ਤਰ੍ਹਾਂ ਸੰਗਤਾਂ ਹੋਇਆ ਕਰਨਗੀਆਂ। ਕਹਿਣ ਦਾ ਭਾਵ ਇਹ ਹੈ, ਅੱਗੇ ਖਾਲਸਾ ਜੀ ਰਿਸ਼ੀ ਮੁਨੀ ਤਪੱਸਿਆ ਕਰਦੇ ਔਰ ਗ੍ਰਸਤੀ ਆਦਮੀ ਜਾਇਆ ਕਰਦੇ, ਬੁੜੀਆਂ ਨੂੰ ਨਹੀਂ ਸੀ ਜਾਣ ਦਿੰਦੇ। ਮੁਸਲਮਾਨਾਂ ਦੇ ਹੁਣ ਮਸੀਤਾਂ ਜਾਣ ਲੱਗੀਆਂ, ਬੁੜੀਆਂ ਨਹੀਂ ਜਾਣ ਨਹੀਂ ਸੀ ਦਿੰਦੇ। ਜਿਹਾ ਜਿਹਾ ਮੇਰਾ ਸਰੂਪ ਆ ਚੰਡੀ ਕਹਿਣ ਲੱਗੀ, ਤੁਹਾਡੀ ਸੰਗਤ ਦੇ ਵਿੱਚ ਮੇਰੇ ਸਰੂਪ ਵਾਲੀਆਂ ਵੀ ਹੋਣਗੀਆਂ। ਅੱਜ ਸਤ ਸੰਗਤ ਜੀ ਦੇਖ ਪੁਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ ਨਰ ਮਨੁੱਖਾਂ ਨੂੰ ਏਕ ਨਿਧਾਨਾ। ਕਲਯੁਗ ਦੇ ਸਮੇਂ ਸਤ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਸਾਰਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਕਰਕੇ ਥਾਂ ਥਾਂ ਤੇ ਸਤ ਸੰਗਤ ਜੀ ਸਿੱਖਿਆ ਇੱਕੋ ਜਿਹੀ ਦਿੱਤੀ ਹੈ, ਆਦਮੀਆਂ ਨੂੰ ਇਸਤਰੀਆਂ। ਲੇਕਿਨ ਅੰਤਰਾ ਕਿੰਨਾ ਕਾ ਹੈ, ਵਿਵਹਾਰਕ ਲੈਣ 'ਚ ਫਰਕ ਹੈ। ਕਦੇ ਪਰਮਾਰਥ ਲੈਣ ਤੇ ਵਿਵਹਾਰਕ ਲੈਣ ਨੂੰ ਦਲੀਆ ਨਾ ਕਰੀਏ, ਵਿੱਚ ਰਲਾਈਏ ਨਾ, ਜਿੱਦ ਮਿੱਦ ਨਾ ਕਰੀਏ। ਵਿਵਹਾਰਕ ਲੈਣ ਦੇ ਵਿੱਚ ਆਪਾਂ ਵੱਡੇ ਛੋਟੇ ਹਾਂ, ਉਹੀ ਇਸਤਰੀ ਆ ਸਾਡੀ ਮਾਂ ਵੀ ਹੈ, ਸਭ ਤੋਂ ਉੱਚੀ ਵੀ ਹੈ। ਉਹੀ ਇਸਤਰੀ ਸਾਡੀ ਭੈਣ ਸਾਡੇ ਬਰਾਬਰ ਵੀ ਹੈ। ਉਹੀ ਇਸਤਰੀ ਸਾਡੀ ਪਤਨੀ ਆ, ਉਹ ਸਾਡੀ ਦਾਸੀ ਵੀ ਹੈ। ਉਹੀ ਇਸਤਰੀ ਆ ਸਾਡੀ ਧੀ ਵੀ ਹੈ, ਸਭ ਤੋਂ ਛੋਟੀ ਵੀ ਹੈ। ਇਸਤਰੀ ਤਾਂ ਉਹੀ ਹੈ, ਕੀ ਫੈਸਲਾ ਕਰੋਗੇ ਵੀ ਬ੍ਰਾਹਮਾਈਆਂ ਬਰਾਬਰ ਨੇ ਜਾਂ ਉੱਚੀਆਂ ਨੇ। ਵਿਵਹਾਰਕ ਲੈਣ ਕੁਝ ਹੋਰ ਹੈ, ਪਰਮਾਰਥ ਲੈਣ ਕੁਝ ਹੋਰ ਹੈ। ਇਸ ਕਰਕੇ ਇਹ ਜੇ ਵਿਵਾਦ ਨੂੰ ਸਤ ਸੰਗਤ ਜੀ ਪਰੇ ਛੱਡ ਕੇ ਗੁਰਬਾਣੀ ਦੁਆਰਾ ਸਿਮਰ ਭਜਨ ਦਾ ਲਾਹਾ ਲੈਣਾ ਚਾਹੀਏ। ਇਹ ਦੰਦ ਕਥਾ ਚ ਨਿੰਦਿਆ ਉਸਦੀ ਚ ਲੱਭਦਾ ਕੱਖ ਨਹੀਂ ਖਾਲਸਾ ਜੀ। ਸੋ ਆਪ ਕਹਿ ਰਹੀ ਹੈ ਕਿ ਜੋ ਸੰਗਤ ਜੇ ਸਤਿਗੁਰ ਤੇ ਸਤ ਸੰਗਤ ਬਣਾਈ, ਇਹ ਸਤਸੰਗ ਜੀ ਮੰਨਣਾ ਪਵੇਗਾ। ਪਹਿਲਿਆਂ ਯੁਗਾਂ 'ਚ ਸੰਗਤ ਨਹੀਂ ਸੀ ਐਂ ਹੁੰਦੀ ਜਿਵੇਂ ਆਪਾਂ ਬੈਠੇ ਹਾਂ। ਘਰਾਂ ਨੂੰ ਤਿਆਗ ਕੇ ਬੜੇ ਬੜੇ ਤਪੱਸੀ ਤਪੱਸਿਆ ਕਰਿਆ ਕਰਦੇ। ਚਾਰ ਆਸ਼ਰਮ ਨੇ, ਸੰਨਿਆਸ ਆਸ਼ਰਮ, ਵਾਨਪ੍ਰਸਥ ਆਸ਼ਰਮ, ਗ੍ਰਸਥ ਆਸ਼ਰਮ, ਬ੍ਰਹਮਚਾਰੀ ਆਸ਼ਰਮ। 25 ਸਾਲ ਤੱਕ ਬ੍ਰਹਮਚਾਰੀ ਜੋ ਅਵਸਥਾ ਆਉਂਦੀ ਹੈ ਉਦੋਂ ਤੱਕ ਬ੍ਰਹਮ ਵਿੱਦਿਆ ਵੀ ਪੜ੍ਹਨੀ, ਬ੍ਰਹਮਚਾਰੀ ਰਹਿਣਾ। ਉਸ ਤੋਂ ਬਾਅਦ ਗ੍ਰਸਥੀ ਹੋ ਕੇ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਦੇਣੀਆਂ। ਜਦੋਂ ਸਤ ਸੰਗਤ ਜੀ ਧੜਦੀ ਜਵਾਨੀ ਆ ਗਈ, ਘਰ ਵਾਲੀ ਨੂੰ ਪੁੱਛਣਾ ਜੇ ਤਾਂ ਚੱਲਣਾ ਨਾਲ ਤਾਂ ਦੇਖ ਲੈ, ਜੇ ਬੱਚਿਆਂ ਦਾ ਮੋਹ ਕਰਨਾ ਤਾਂ ਇਹਨਾਂ ਕੋਲ ਹੀ ਰਹਿ, ਮੈਂ ਸਭ ਕੁਛ ਛੱਡਿਆ, ਨਹੀਂ ਤਾਂ ਬੁੜਾ ਮਰਦਿਆਂ ਥਾਈ ਨਾਲੇ ਨਾਲ ਚੁੰਜੀ ਬੰਨ ਛੱਡਦਾ। ਮੁੰਡੇ ਮਾਰ ਦਿੰਦੇ ਨੇ ਇਸੇ ਕਰਕੇ ਵੀ ਮੁਖਤਿਆਰੀ ਨਹੀਂ ਛੱਡਦਾ ਸੀ, ਬੁੜੇ ਹੋ ਚੱਲੇ। ਛੱਡ ਦਿੰਦੇ ਸੀ ਸਤ ਸੰਗਤ ਜੀ ਘਰ ਦਾ ਖਹਿੜਾ, ਫਿਰ ਵਿਅਕਤੀ ਛੱਡ ਕੇ ਬਾਨਪ੍ਰਸਥ ਜੰਗਲਾਂ ਜਾ ਕੇ ਤਪੱਸਿਆ ਕਰਦੇ ਸੀ। ਤਪੱਸਿਆ ਕਰਦਿਆਂ ਕਰਦਿਆਂ ਫਿਰ ਜਿਸ ਵੇਲੇ ਸਤਸੰਗ ਜੀ ਵਾਸ਼ਨਾ ਤਿਆਗ ਦੇਣੀਆਂ, ਫਿਰ ਸੰਨਿਆਸ ਗ੍ਰਹਿਣ ਕਰ ਲੈਣਾ। ਸੰਨਿਆਸ ਜੀ ਦੀਆਂ ਆਸਾਂ ਸੁੰਨ ਹੋ ਜਾਣ, ਉਹਨੂੰ ਸੰਨਿਆਸੀ ਕਹਿੰਦੇ ਹਨ। ਰੇਮਨ ਐਸੋ ਕਰ ਸੰਨਿਆਸਾ, ਕਲਗੀਧਰ ਪਾਤਸ਼ਾਹ ਨੇ ਸੰਨਿਆਸੀ ਦੇ ਲਕਸ਼ਣ ਕੀਤੇ ਹਨ। ਉਸ ਤੋਂ ਬਾਅਦ ਸਤਸੰਗ ਜੀ ਬ੍ਰਹਮ ਵਿੱਚ ਲੀਨਤਾ ਪਾ ਜਾਂਦੇ ਸੀ। ਸੋ ਸਾਰੇ ਥਾਵਾਂ ਦੇ ਉੱਤੇ ਤਪੱਸੀ ਤਪੱਸਿਆ ਕਰਦੇ ਸੀ, ਗ੍ਰਸਥੀਆਂ ਨੂੰ ਕੋਈ ਨਹੀਂ ਸੀ ਪੁੱਛਦਾ। ਇਹ ਤਾਂ ਮਹਾਰਾਜ ਨੇ ਕਿਰਪਾ ਕੀਤੀ, ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਹੋਏ ਪੈਰੀ ਪਾਏ। ਸੰਗਤਾਂ ਦੀ ਸਤ ਸੰਗਤ ਜੀ ਥਾਂ ਥਾਂ ਤੇ ਥਾਂ ਬਣਾ ਦਿੱਤੀ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਬਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਥਮੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਅੱਗੇ ਇਸਤਰੀ ਜਾਤੀ ਨੂੰ ਭਜਨ ਕਰਨ ਦਾ ਅਧਿਕਾਰ ਨਹੀਂ ਸੀ, ਇਹਨੂੰ ਅਧਿਕਾਰ ਕੀ ਸੀ? ਆਪਣੇ ਪਤੀ ਨੂੰ ਪਰਮੇਸ਼ਵਰ ਰੂਪ ਕਰਕੇ ਜੇ ਸੇਵਾ ਕਰਦੀ ਹੈ ਖਾਲਸਾ ਜੀ, ਅੱਧ ਦੀ ਮਾਲਕ ਹੋ ਜਾਂਦੀ। ਜੇ ਕੋਈ ਭਜਨ ਕਰਦਾ ਸੀ, ਇਹ ਨਾ ਸਮਝ ਰਹੇ ਹੋ ਕਿ ਉਦੋਂ ਇਸਤਰੀ ਨਾਲ ਧੱਕਾ ਸੀ, ਧੱਕਾ ਨਹੀਂ ਸੀ। ਸਾਨੂੰ ਪਰਮੇਸ਼ਵਰ ਦੀਂਦਾ ਨਹੀਂ, ਇਸਤਰੀ ਨੂੰ ਪ੍ਰਤੱਖ ਪਤੀ ਦਿਸ ਰਿਹਾ ਹੈ ਪਰਮੇਸ਼ਵਰ ਨੂੰ। ਉਹਨਾਂ ਦੀ ਸੇਵਾ ਕਰਕੇ ਕੋਈ ਭੁੱਲੀਆਂ ਹੋਈਆਂ ਸਾਖੀਆਂ ਨਹੀਂ। ਸਤਿ ਸੰਗਤ ਜੀ, ਪੱਟੀ ਵਾਲੇ ਰਾਜੇ ਦੀ ਲੜਕੀ ਨੇ ਕੋੜੀ ਦੀ ਸੇਵਾ ਕੀਤੀ ਕਿ ਨਹੀਂ?
ਪਤੀ ਤਾਂ ਕੋਹੜੀ ਸੀ, ਨਕਾਰਾ ਸੀ, ਲੇਕਿਨ ਸਤਸੰਗ ਅੱਜ ਤੀਰਥ ਪ੍ਰਗਟ ਹੋਣਾ ਉਹਦੀ ਬਦੌਲਤ ਹੈ, ਉਹਦੀ ਸਤ ਉਹਨੇ ਸਤ ਨੂੰ ਭਾਗ ਲੱਗਿਆ। ਜੇ ਕਹਿੰਦੀ ਇਹੋ ਜਿਹਾ ਟੋਏ ਸਿੱਟ ਕੇ ਮੈਂ ਹੋਰ ਕਰ ਲੈਂਦੀ ਹਾਂ, ਮੈਨੂੰ ਕੀ, ਅੱਜ ਸਤਸੰਗ ਹੈ ਜੀ, ਉਹਦਾ ਜਸ ਹੁਣ ਤੱਕ ਹੋ ਰਿਹਾ ਹੈ, ਜਿਹਾ ਜਿਹਾ ਵਿਭਾਗਾਂ 'ਚ ਹੈ ਉਹਦੀ ਜਿਹੜੀ ਸੇਵਾ ਕਰਦੀ ਹੈ ਇਸਤਰੀ ਸਤਸੰਗ ਹੈ ਜੀ, ਉਹ ਦਰਗਾਹ ਵਿੱਚ ਪ੍ਰਵਾਨ ਹੈ। ਕਿਸੇ ਸਮੇਂ ਵੀ ਇਸਤਰੀਆਂ ਨਾਲ ਧੱਕਾ ਨਹੀਂ ਹੋਇਆ, ਇਹ ਪ੍ਰਚਾਰ ਗਲਤ ਹੋ ਰਹੇ ਨੇ, ਜਿਸ ਕਰਕੇ ਸਤਸੰਗੀ ਸਾਰੇ ਹੀ ਅਸੀਂ ਧਰਮ ਤੋਂ ਗਿਰਦੇ ਜਾ ਰਹੇ ਹਾਂ। ਜਿੱਥੇ ਜਿੱਥੇ ਵਾਹਿਗੁਰੂ ਨੇ ਟਿਕਾਏ ਨੇ ਇਸਤਰੀ ਜਾਮਾ ਹੈ ਤਾਂ ਸਤਸੰਗਤ ਜੀ ਜੋ ਇਸਤਰੀਆਂ ਦੇ ਨਿਯਮ ਨੇ ਉਹ ਆਪਣੇ ਪੂਰਨਿਆਂ 'ਤੇ ਪਾ ਕੇ ਸਤਸੰਗ ਜੀ ਆਪਣੇ ਜਨਮ ਸਫਲਾ ਕਰਨ। ਮਰਦ ਦਾ ਜਾਮਾ ਹੈ ਉਹ ਜੇਕਰ ਗਹਿ ਪਿਆਰ ਸੁੱਧ ਨਾ ਛੋਡਾ ਮੂਲ, ਜੇ ਉਸਨੇ ਹੱਥ ਪਕੜ ਲਿਆ ਇਸਤਰੀ ਦਾ ਸਤਸੰਗ ਜੀ ਮਹਾਰਾਜ ਦੇ ਸਾਹਮਣੇ ਸਾਖੀ, ਉਹ ਸਤਸੰਗਤ ਜੀ ਮੌਤ ਆ ਜਾਵੇ ਉਸਦਾ ਲੜ ਨਾ ਛੱਡੇ, ਉਹਦੇ ਉੱਤੋਂ ਦੀ ਖੂਨ ਵਹਾ ਦੇਵੇ, ਉਹਦੀ ਇੱਜ਼ਤ ਦਾ ਆਪ ਸਾਂਝਾ ਹੈ, ਸਤਸੰਗ ਜੀ ਜ਼ਿੰਮੇਵਾਰ ਹੈ। ਇਹ ਜਿਹੜਾ ਕਲਯੁਗ ਦੀ ਹਵਾ ਚੱਲ ਰਹੀ ਹੈ ਇਹਦੇ 'ਚ ਨਾ ਸਤਸੰਗ ਜੀ ਆਦਮੀਆਂ ਦੀ ਗਤੀ ਨਾ ਇਸਤਰੀਆਂ ਦੀ ਗਤੀ, ਸੋ ਬਰਾਬਰ ਹੋਣ ਨਾਲ ਕੋਈ ਸਤਸੰਗ ਉੱਚੇ ਨਹੀਂ ਬਣ ਜਾਂਦਾ। ਕਾਕ ਅਟਾਰੀ ਪਰਬ ਹੈ ਕਿਆ ਖਗਪਤ ਹੋਏ, ਜੇ ਕਾਂ ਉੱਚੇ ਛੋਂ ਬਹਿ ਜੂ ਕਿਹੜਾ ਗਰੜ ਬਣਨ ਲੱਗਾ ਹੈ। ਨਿਵੇ ਸੋ ਗਾਰਾ ਹੋਏ, ਜਿਹੜਾ ਨੀਵਾਂ ਹੋਵੇਗਾ ਸਤਸੰਗ ਜੀ ਉਹੀ ਭਾਰਾ ਹੈ। ਉੱਚੇ ਬਣਨ ਵਾਲੇ ਦੇ ਸਤਸੰਗ ਜੀ ਹੱਥ ਕੱਖ ਨਹੀਂ ਆਉਂਦਾ ਹੈ। ਸੋ ਆਪ ਸਤਸੰਗ ਜੀ ਇਹ ਹੁਣ ਚੰਡੀ ਨੇ ਇਹ ਕੀ ਕਿਹਾ ਹੈ ਕਿ ਤੁਹਾਡੀ ਸੰਗਤ ਹੋਵੇਗੀ, ਮੇਰੇ ਵਰਗੇ ਰੂਪ ਵੀ ਸੰਗਤ ਵਿੱਚ ਹੋਇਆ ਕਰਨਗੇ, ਭਾਵ ਇਸਤਰੀਆਂ ਨੂੰ ਵੀ ਦਾਨ ਮਿਲਿਆ ਕਰੇਗਾ ਨਾਮ ਦਾ। ਇਸੀ ਬੇਸਮੇ ਬਣੇ ਰਹੋ ਨਿਤ, ਹੁਣ ਇਸ ਵੇਲੇ ਤੁਸੀਂ ਇਹੀ ਰੂਪ ਧਾਰ ਕੇ ਤਪ ਕਰੋ। ਜਬ ਜਬ ਜਹੇ ਕਹੇ ਕਰਮ ਸੁਹਾਏ, ਜਿੱਥੇ ਕਿੱਥੇ ਤੁਸੀਂ ਚਾਹੋਗੇ ਮੈਂ ਫੇਰ ਹਾਜ਼ਰ ਹਾਂ ਤੁਹਾਡੇ ਚਰਨ ਸ਼ਰਨ ਵਿੱਚ, ਤੁਹਾਡੀ ਸਹਾਇਤਾ ਚਾਹੂੰਗੀ। ਬਾਕ ਬਿਸ਼ਾਰਦ ਦੁਰਗਾ ਬਾਕ ਕੋ, ਕਿਉਂ ਖਾਲਸਾ ਜੀ ਦੁਰਗਾ ਚੰਡੀ ਨੇ ਜਿਹੜੇ ਉੱਜਲ ਬਚਨ ਬੜੇ ਸੁੰਦਰ ਕਹੇ ਮੂੰਹੋਂ, ਸੰਤ ਪੁਰਖ ਨੇ ਪਾਖਿਓ ਬੈਨ, ਉਸ ਵੇਲੇ ਪੂਰਨ ਪੁਰਖ ਦੁਸ਼ਟ ਦੁਸ਼ਟ ਦਮਨ ਨੇ ਬਚਨ ਸੁਣ ਕੇ ਆਸ਼ੀਰਵਾਦ ਵਾਲੇ ਬਚਨ ਕਹੇ। ਨਾਮ ਸਿੰਘ ਕੋ ਤਾਰਨ ਕਰਹੋ, ਕਹਿਣ ਲੱਗੇ ਅਸੀਂ ਨਾਮ ਸਿੰਘ ਰੱਖਾਂਗੇ ਮਗਰੋਂ ਆਪ ਸਾਰਿਆਂ ਨਾਮਾਂ ਦੇ ਨਾਲ। ਖੁੱਲੇ ਕੇਸ ਕੱਟ ਤਾਗੇ ਹੈ ਨਾ, ਕੀ ਹੋਵੇਗਾ ਸਤਸੰਗ ਜੀ, ਖੁੱਲੇ ਕੇਸ ਕੱਟ ਤਾਗੇ ਹੈ ਨਾ। ਹਾਂ, ਫੇਰ ਕਹਿਣ ਲੱਗੀ ਚੰਡੀ, ਕਹਿਣ ਲੱਗੀ ਤੁਹਾਡੇ ਜਿਹੜੇ ਹੋਣਗੇ ਸ਼ਿਸ਼, ਤੁਹਾਡਾ ਵੀ ਤੇ ਤੁਹਾਡੇ ਸ਼ਿਸ਼ ਸਿੱਖਾਂ ਦਾ ਵੀ, ਜਿਹੜਾ ਨਾਮ ਹੋਵੇਗਾ ਉਹਦੇ ਮਗਰ ਸਿੰਘ ਹੋਵੇਗਾ, ਔਰ ਕੇਸਾ ਧਾਰੀ ਹੋਣਗੇ। ਹੁਣ ਤੱਕ ਸਤਸੰਗ ਜੀ ਭਾਵੇਂ ਆਪਾਂ ਜੂੜਾ ਕਰ ਲੈਂਦੇ ਹਾਂ, ਕਿਸੇ ਨੇ ਤੁੰਨ ਲਈਆਂ ਕਿਸੇ ਨੇ ਮੁੰਨ ਲਈਆਂ, ਬੰਨਣ ਦੀ ਆਗਿਆ ਨਹੀਂ, ਇਹ ਤਾਂ ਇੱਕ ਪੇਟ ਦੀ ਰੋਜੀ ਵਾਸਤੇ ਮਜਬੂਰੀ ਆ। ਆਪਾਂ ਸਤਸੰਗ ਜੀ ਥਾਂ ਥਾਂ 'ਤੇ ਦਾੜੀ ਮੰਨਦੇ ਹਾਂ, ਲੇਕਿਨ ਦਾੜੀ ਆਪ ਜੀ ਦਾ ਹੈ ਬਚਨ ਹੈ, ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚੜ, ਐਸੇ ਰਹਿਤਨਾਮੇ 'ਚ ਬਚਨ ਆਉਂਦੇ ਆ। ਚੰਡੀ ਕਹਿ ਰਹੀ ਹੈ ਕਿ ਸਤਸੰਗਤ ਜੀ ਖਾਲਸਾ ਜੂੜਾ ਵੀ ਗੱਠ ਨਹੀਂ ਕਰੀ ਦੀ, ਜੇ ਪੁਰਾਣੇ ਸਿੰਘਾਂ ਤੋਂ ਦੇਖੋ ਜਾ ਕੇ ਕਿਵੇਂ ਦਸਤਾਰਾ ਸਜਾਉਂਦੇ ਨੇ, ਉਸੇ ਤਰ੍ਹਾਂ ਸਤਸੰਗਤ ਜੀ ਪਹਿਲਾ ਲਾੜਾ ਜਿਹੜਾ ਦਸਤਾਰ ਦਾ ਉਹ ਜੂੜੇ ਦੇ ਨਾਲ ਲਪੇਟਣਾ, ਲਪੇਟ ਕੇ ਹੀ ਸਤਸੰਗਤ ਜੀ ਇਸ ਲੋਟ ਥੱਲੇ ਦੇ ਦੇਣਾ, ਗੱਠ ਨਹੀਂ ਜੂੜੇ ਨੂੰ ਕਦੇ ਦੇਈ ਦੀ। ਸੋ ਇਸੇ ਤਰ੍ਹਾਂ ਸਤਸੰਗ ਜੀ ਦਾੜਾ ਸਿੱਧਾ, ਇਹ ਪ੍ਰਾਣੀ ਰਹਿਤ, ਉਸੇ ਤਰ੍ਹਾਂ ਇਹ ਚੰਡੀ ਵੀ ਕਹਿ ਰਹੀ ਹੈ ਕਿ ਤੇਰਾ ਪੰਥ ਜਿਹੜਾ ਦੁਸ਼ਟ ਦਮਨ ਜੀ ਕਲਯੁਗ ਦੇ ਮੁੰਡ ਹੋਵੇਗਾ, ਭਗਤ ਦੱਸ ਰਹੀ ਹੈ ਕਿ ਖੁੱਲੇ ਕੇਸ ਹੋਇਆ ਕਰਨਗੇ, ਸਿੰਘ ਨਾਮ ਹੋਇਆ ਕਰੂ ਪਿਛਲੇ ਪਾਸੇ ਨਾਲ ਹੀ ਪੜੋ ਇਹ ਪੰਕਤੀ। ਖੁੱਲੇ ਕੇਸ ਕੱਟ ਧਾਗੇ ਹੈ ਨਾ, ਔਰ ਕੱਟ ਧਾਗੇ ਹੈ ਨਾ, ਜਨੇਊ ਨਹੀਂ ਹੋਵੇਗਾ, ਜਨੇਊ ਦੇ ਥਾਂ ਸ਼ਸਤਰ ਹੋਵੇਗਾ, ਕਿਰਪਾਨ ਹੋਵੇ ਗਾਤਰੇ, ਉਗਰ ਤੇ ਛਤਰਨ ਕੋ ਖਾਪੋ, ਔਰ ਬੜਾ ਭਾਰੀ ਤੁਹਾਡਾ ਉਗਰ ਤੇਜ ਪ੍ਰਤਾਪ ਹੋਵੇਗਾ, ਬੈਰੀਆਂ ਨੂੰ ਨਾਸ ਕਰੋਗੇ ਜਿਹੜੇ ਮਲੇਸ਼ ਹਨ, ਹੱਥ ਮਲੇਸ਼ ਪੰਕਜ ਨੈਣ। ਹਾਂ, ਕਵਲ ਸਰੀਕੇ ਨੇਤਰਾਂ ਵਾਲੀ ਉਸ ਵੇਲੇ ਕਹਿਣ ਲੱਗੀ, ਦੈਂਤਾਂ ਨੂੰ ਤੁਸੀਂ ਜਿਵੇਂ ਨਾਸ ਕੀਤਾ, ਹੁਣ ਕਲਯੁਗ ਦੇ ਸਮੇਂ 'ਚ ਮਲੇਸ਼ ਹੋਣਗੇ, ਤੁਰਕ ਹੋਣਗੇ, ਉਹਨਾਂ ਨੂੰ ਮਾਰੋਗੇ। ਰਚਨਾ ਅਪਰ ਵਚਨ ਕੀ ਪਦਵੀ, ਰਚਨਾ ਵੀ ਰਚੋਗੇ, ਬਾਣੀ ਵੀ ਉਚਾਰੋਗੇ, ਉਹ ਜਿਹੜੇ ਬਚਨ ਹੋਣਗੇ ਸੰਸਕ੍ਰਿਤ ਵਿੱਚ ਨਹੀਂ ਹੋਣਗੇ, ਉਹ ਭਾਸ਼ਾ 'ਚ ਹੋਣਗੇ, ਹੋਰ ਉਹ ਪਦਵੀ ਹੈ ਜਿਹੜੀ ਉਹ ਰਚਨਾ ਦੀ ਮੁਕਤੀ ਦੇਣ ਵਾਲੀ, ਮੁਕਤੀ ਦੀ ਪਦਵੀ ਦੇਵੇਗੀ, ਹੋਰ ਰਚਨਾ ਰਚੋਗੇ। ਖਾਲਸਾ ਜੀ ਕਲਗੀਧਰ ਪਾਤਸ਼ਾਹ ਨੇ ਵੀਰ ਰਸੀ ਬਾਣੀ ਕੀ ਸਤਸੰਗ ਅਕਾਲ ਉਸਤ
ਕੀ ਬਚਿੱਤਰ ਨਾਟਕ, ਕੀ ਦੋ ਚੰਡੀ ਚਰਿੱਤਰ, ਕੀ ਚੰਡੀ ਦੀ ਵਾਰ, ਕੀ ਗਿਆਨ ਪ੍ਰਬੋਧ, ਕੀ ਜਾਪ ਸਾਹਿਬ, ਕੀ ਚੌਵੀਆਂ ਅਵਤਾਰਾਂ ਦੀ ਕਥਾ, ਚਰਿੱਤਰ ਆਦਿਕ ਕਿਤਨੀ ਰਚਨਾ ਮਹਾਰਾਜ ਜੀ ਨੇ ਰਚੀ ਖਾਲਸਾ ਜੀ। ਇਹੋ ਜਿਹੇ ਅੰਮ੍ਰਿਤਮਈ ਉਪਦੇਸ਼, ਉਹ ਵਰ ਅੱਜ ਸਤਯੁਗ ਦੇ ਵਰ ਮਿਲੇ ਹੋਏ ਖਾਲਸਾ ਜੀ, ਕਲਯੁਗ ਚ ਬਾਣੀ ਪ੍ਰਗਟ ਹੋਈ, ਭੋਗ ਮੋਖ ਯੁਗ ਮਿਲੇ ਸਖੈਨ। ਤੁਹਾਡੀ ਬਾਣੀ ਤੋਂ ਪਦਾਰਥ ਵੀ ਮਿਲਣਗੇ ਸੇਵਕਾਂ ਨੂੰ, ਔਰ ਸੁਖਾਲੀ ਮੁਕਤੀ ਵੀ ਹੋਵੇਗੀ। ਦੁਸ਼ਟ ਅਧਰਮੀ ਸੌ ਕਰ ਸੰਘਰ, ਦੁਸ਼ਟ ਜਿਹੜੇ ਪਾਪੀ ਹੋਣਗੇ, ਗਊ ਘਾਤ ਕਰਨ ਵਾਲੇ, ਗਊ ਗਰੀਬ ਦਾ ਗਲ ਘੁੱਟਣ ਵਾਲੇ, ਉਹਨਾਂ ਨਾਲ ਜੰਗ ਕਰੋਗੇ ਤੁਸੀਂ। ਮਾਰਗ ਧਰਮ ਰਹੇ ਚਿਤ ਛਾਏ, ਤੁਹਾਡੇ ਪ੍ਰਤਾਪ ਦਾ ਸਦਕਾ, ਤੁਹਾਡੇ ਤਪ ਦਾ ਸਦਕਾ ਕਲਯੁਗ ਦੇ ਆਰੰਭ ਦੇ ਵਿੱਚ ਧਰਮ ਦਾ ਮਾਰਗ ਧਰਤੀ ਦੇ ਉੱਤੇ ਫੈਲਿਆ ਰਹੇਗਾ। ਜਿਤ ਕਿਤ ਹਤੇ ਮਲੇ ਚਿਨ ਗਣਕੋ, ਜਿੱਥੇ ਕਿੱਥੇ ਜਾਓਗੇ ਸਮੂਹ ਮਰੇਸ਼ਾਂ ਨੂੰ ਤੁਸੀਂ ਮਾਰੋਗੇ। ਇਹ ਭਵਿੱਖ ਦੇ ਸਤਸੰਗ ਜੀ ਸਾਰੇ ਸਮਾਚਾਰ ਨੂੰ ਚੰਡੀ ਕਹਿ ਰਹੀ ਹੈ। ਦੁਸ਼ਟ ਦਮਨ ਦੇ ਸਾਹਮਣੇ ਜਦੋਂ ਸਾਰੇ ਰਾਕਸ਼ ਮਾਰੇ ਗਏ, ਐਵੇਂ ਨਹੀਂ ਆਪਨੇ ਕਿਹਾ ਸਵਾ ਲਾਖ ਸੇ ਇੱਕ ਲੜਾਉਂ ਤਵੀ ਗੋਬਿੰਦ ਸਿੰਘ ਨਾਮ ਕਹਾਉਂ। ਖਾਲਸਾ ਜੀ, ਬੜਾ ਭਾਰੀ ਤੇਜ ਪ੍ਰਤਾਪ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਦਾ। ਵਧੇ ਯੁੱਧ ਪ੍ਰੇ ਯੁੱਧ ਮਚਾਏ, ਤੁਸੀਂ ਜਿਸ ਵੇਲੇ ਜੰਗ ਮਚਿਆ ਕਰੇਗਾ, ਹਮੇਸ਼ਾ ਵਾਸਤੇ ਜੰਗ ਦੇ ਨਾਲ ਪਿਆਰ ਰੱਖਿਆ ਕਰੋਗੇ। ਦੁਸ਼ਟ ਦਮਨ ਤੇ ਦੇਵੀ ਸੁਣ ਕਰ, ਦੁਸ਼ਟ ਦਮਨ ਤੇ ਦੇਵੀ ਸੁਣ ਕਰ, ਜਦੋਂ ਸਤਸੰਗ ਜੀ ਦੇਵੀ ਤੋਂ ਸੁਣਿਆ ਦੁਸ਼ਟ ਦਮਨ ਨੇ ਸਾਰੇ ਬਚਨ, ਕਈ ਭਵਿੱਖ ਬਾਤ ਸੁਣਾਏ, ਇਹ ਸਾਰੀ ਸੁਣਾ ਕੇ ਭਵਿੱਖ ਦੀ ਬਾਤ ਕਹਿ ਦਿੱਤੀ। ਪੂਰਵ ਭਾਗ ਚਤਰ ਤੇ ਯੁਗ ਕੋ, ਉਸ ਵੇਲੇ ਕਹਿਣ ਲੱਗੇ ਚੌਥਾ ਯੁਗ ਜਿਹੜਾ ਕਲਯੁਗ ਹੈ ਨਾ, ਇਹਦਾ ਪਹਿਲਾ ਹਿੱਸਾ, ਪੂਰਵ ਪਹਿਲਾ ਹਿੱਸਾ ਜਦੋਂ ਕਲਯੁਗ ਆਵੇਗਾ, ਆਰੰਭ ਹੋਵੇਗਾ, ਤਵੇ ਸਮੂਹ ਐਸੇ ਬਣ ਆਏ, ਉਦੋਂ ਇਹ ਸਮਾਂ ਬਣ ਆਵੇਗਾ। ਸਤਯੁਗ ਤੋਂ ਬਾਅਦ ਇਹ ਬਚਨ ਸਤਯੁਗ ਦੇ ਨੇ। ਤ੍ਰੇਤਾ ਰਾਮ ਚੰਦਰ ਦਾ ਸਮਾਂ ਲੰਘਿਆ, ਕ੍ਰਿਸ਼ਨ ਭਗਵਾਨ ਜੀ ਦਾ ਸਮਾਂ ਲੰਘਿਆ, ਕਲਯੁਗ ਦੇ ਆਰੰਭ ਵਿੱਚ ਇਹ ਵਰਤਾਰਾ ਵਰਤੇਗਾ। ਮੋਹੇ ਆਵਾਹਨ ਕੋ ਤੁਮ ਕਰੋ, ਉਸ ਵੇਲੇ ਚੰਡੀ ਕਹਿੰਦੀ ਮੈਨੂੰ ਫਿਰ ਬੁਲਾਇਓ ਜ਼ਰੂਰ। ਅਬ ਵਾਂਛਿਤ ਵਰ ਕੋ ਚਿਤ ਚਾਹੇ, ਜੋ ਮਨ ਵਿੱਚ ਤੁਹਾਨੂੰ ਵਰ ਦੀ ਲੋੜ ਹੋਊ, ਜੋ ਤੁਸੀਂ ਚਾਹੋਗੇ, ਮੈਂ ਤੁਹਾਡੀ ਮਦਦ ਤੇ ਹਾਜ਼ਰ ਹਾਂ। ਮੈਂ ਤਬ ਸ਼ਬਦ ਪ੍ਰਕਾਸ਼ਨ ਕਰਕੇ, ਉਸ ਵੇਲੇ ਮੈਂ ਕੜਕਾਂਗੀ ਬਿਜਲੀ ਵਾਂਗੂ ਸ਼ਬਦ ਦਾ ਪ੍ਰਕਾਸ਼ ਕਰੂ। ਪਰਵ ਸਾਵ ਸਭ ਵਿਦ ਤੁਮ ਜਮਾਹੇ, ਮੈਂ ਤੁਹਾਡੇ ਪੰਥ ਦੇ ਵਿੱਚ ਪ੍ਰਗਟ ਹੋਊਂਗੀ, ਹਰ ਤਰ੍ਹਾਂ ਕਰਕੇ ਪ੍ਰਵੇਸ਼ ਹੋਊਂਗੀ। ਨਿਜ ਕਟੰਬ ਕੋ ਮੋਹ ਨਾ ਕਰਿਓ, ਆਪਣੇ ਪਰਿਵਾਰ ਦਾ ਮੋਹ ਨਾ ਕਰਿਓ। ਚੰਡੀ ਕਹਿੰਦੀ ਖਾਲਸਾ ਜੀ ਸਾਹਿਬਜ਼ਾਦਿਆਂ ਦਾ ਮੋਹ ਨਹੀਂ ਕੀਤਾ। ਹਾਂਜੀ, ਰੋਹ ਸਮਾਨ ਦੁੰਦ ਉਪਜਾਹੇ, ਜੰਗ ਦੇ ਵਿੱਚ ਨਿਰਭੈ ਹੋ ਕਰਕੇ ਜੰਗ ਕਰਨਾ ਧਰਮ ਦਾ, ਔਰ ਸਮਾਨ ਬਿਰਤੀ ਰੱਖਣੀ, ਦ੍ਰਿਸ਼ਟੀ ਗੋਚਰ ਸਾਹਮਣੇ ਖਾਲਸਾ ਜੀ ਸ਼ਹੀਦ ਕਰ ਲੈਣੇ ਆਪਣੇ ਸਾਹਿਬਜ਼ਾਦੇ, ਨਿਉਆਂ 'ਚ ਚਿਣੇ ਜਾਣੇ। ਮਹਾਰਾਜ ਜੀ ਨੇ ਖਾਲਸਾ ਜੀ ਕੀ ਕਿਹਾ ਮਾਤਾਵਾਂ ਨੂੰ, ਦਮਦਮੇ ਸਾਹਿਬ ਦੀ ਗੁਰੂ ਕੀ ਕਾਂਸੀ ਵਿੱਚ ਧਰਤੀ 'ਤੇ ਬੈਠ ਕੇ ਜਦੋਂ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਨੇ ਪੁੱਛਿਆ ਸਾਹਿਬਜ਼ਾਦੇ ਕੀ ਕਹਿੰਦੇ, ਇਹਨ ਪੁੱਤਰ ਨੂੰ ਕਿ ਅਸੀਸ ਪਰ ਬਾਹਰ ਦੀ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ, ਖਾਲਸਾ ਮੇਰੇ ਰੂਪ ਹੋ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਐਸੀ ਸਤਸੰਗਤ ਜੀ ਵਡਿਆਈ ਖਾਲਸੇ ਨੂੰ ਦਿੱਤੀ।